ਸਤਿਗੁਰਾਂ ਦੇ ਪੰਡਾਲ ਵਿੱਚ ਜਲਵਾ ਫਿਰੋਜ਼ ਹੋਣ ਤੋਂ ਬਾਅਦ ਜੋ ਗੁਰੂ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ ਨਾ, ਦਾਸ ਕੋਸ਼ਿਸ਼ ਕਰਦੇ ਹਨ ਉਸ ਹੁਕਮ ਨੂੰ ਪੜ੍ਹਨ ਦੀ। ਗੁਰੂ ਮਹਾਰਾਜ ਜੀ ਦੀ ਅਸੀਸ ਦੀ ਛੜੀ ਸਿਰ 'ਤੇ ਰਹੇ ਔਰ ਆਪ ਇਕਾਗਰਤਾ ਬਖਸ਼ਣ। ਕੋਈ ਜਾਣੈ ਕਵਨ ਇਹਾਂ ਜਗ ਦੀ, ਕੋਈ ਜਾਣੈ ਕੋਈ ਜਾਣੈ ਕਵਨ ਇਹਾਂ ਅੰਤਰ ਕੀ ਪੀਰ ਮੇਰੇ ਮਨ ਪ੍ਰੇਮ ਲਗੋ ਹਰ ਦੀ ਹਾਲ ਮੁਰੀਦਾਂ ਦਾ ਕੋਈ ਮਰਿਆ ਹੋਵੇ ਕੋਈ ਨਾਲ ਕੋਈ ਗਿਆ ਹੋਵੇ ਨਹੀਂ ਜਾਂਦਾ। ਆ ਪਹਿਲੋਂ ਇੱਕ ਐਸਾ ਰਿਵਾਜ ਸੀ ਵੀ ਬੰਦੇ ਨੇ ਮਰਨਾ ਤੇ ਜਨਾਨੀ ਨੂੰ ਚੁੱਕ ਕੇ ਧੱਕੇ ਦੇ ਨਾਲ ਉਹਦੇ ਚੀਕਾਂ ਤੇ ਪਾ ਦੇਣਾ, ਉਹ ਸਤੀ ਪ੍ਰਥਾ ਸੀ ਵੀ ਤੂੰ ਵੀ ਨਾਲ ਜਾ। ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਤਾਂ ਵਿਰੋਧ ਕੀਤਾ, ਇਹ ਸਤੀ ਪ੍ਰਥਾ ਨੂੰ ਗਵਾਇਆ ਤੇ ਪੁਨਰ ਵਿਵਾਹ ਦੀ ਰਸਮ ਅਦਾ ਕੀਤੀ। ਨਾਲ ਕੋਈ ਨੀ ਮਰਿਆ, ਕੋਈ ਨੀ ਮਰਦਾ। ਜੇ ਧਨ ਪਦਾਰਥ ਦਾ ਜ਼ਿਕਰ ਕਰੀਏ ਤਾਂ ਕਬੀਰ ਸਾਹਿਬ ਵੀ ਇਸੇ ਸ਼ਬਦ ਚ ਜ਼ਿਕਰ ਕੀਤਾ ਹੈ ਵੀ ਇਹ ਜਿੱਥੇ ਰਿਸ਼ਤੇ ਨਾਤੇ ਨਾਲ ਨਹੀਂ ਨਿਭਣੇ ਤੇ ਬੰਦਾ ਕਹਿੰਦਾ ਮੇਰੇ ਕੋਲ ਪੈਸਾ ਬਹੁਤ ਹੈ, ਮੈਂ ਪੈਸੇ ਨਾਲ ਧਨ ਦੇ ਨਾਲ ਕੰਮ ਚਲਾ ਲਾਂਗਾ, ਸ਼ਾਇਦ ਧਨ ਹੀ ਨਾਲ ਜਾਏ। ਤੇ ਇਹ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਤਾਰੂ ਪਾਤਸ਼ਾਹ ਨੂੰ, ਕਾਰੂ ਪਾਤਸ਼ਾਹ ਨੂੰ ਦਿੱਤੀ ਸੀ ਵੀ ਤੂੰ 40 ਗੰਜ ਧਨ ਜੋੜਿਆ ਜਾਂ ਵਧੇਰੇ ਧਨ ਹੈ, ਆ ਸੂਈ ਸਾਡੀ ਵੀ ਲੈ ਜੀ। ਪੂਛੋ ਨਾ ਉਸਕੇ ਮਜ਼ਹਬ ਔਰ ਮਿਲਤ ਕਾ ਨਾਮ ਵੀ, ਦੇਖੋਗੇ ਬੇਕਸੂ ਕੇ ਆਇਆ ਵੋ ਕਾਮ ਵੀ। ਪੂਛੋ ਨਾ ਕਿਆ ਉਸਕਾ ਨੋਟ ਅਖਬਾਰ ਮੇ ਛਪਾ, ਇਹ ਨਾ ਪੁੱਛਿਓ ਜੇ ਕੀ ਪੁੱਛੀਏ, ਦੇਖੋ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ, ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ।
ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਤਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇ ਬਹਾਦੁਰ ਸਿਮਰਿਆ ਕਰਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਕੇ ਵਾਲੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹ ਪਾਵਨ ਪੁੱਤਰ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਆਵਾਜ਼ ਜਨ ਸੰਗਤਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਸਮੂਹ ਸੰਗਤ ਕਿਰਪਾ ਕਰਨਾ ਕਾਰਜਾਂ ਵਿੱਚ ਸਫਲਤਾ ਬਖਸ਼ ਕੀਚੜ ਦੀ ਕਲਾ ਕਰਕੇ ਸੇਵਕ ਤੋਂ ਨਵਾਜ ਲੈਣਾ ਜੀ ਹੈ ਬਿਨ ਸੰਗਤਾਂ ਨੇ ਗੁਪਤ ਅਰਦਾਸਾਂ ਬੇਨਤੀਆਂ ਕੀਤੀਆਂ ਇੱਧਰ ਤੇ ਪ੍ਰਵਾਨ ਕਰੀਆਂ ਹੈ ਗਰੀਬ ਨਿਵਾਜ ਜੀਓ ਆਪ ਜੀ ਦੇ ਬਖਸ਼ੇ ਅੰਮ੍ਰਿਤ ਰੂਪੀ ਭੰਡਾਰਿਆਂ ਚੋਂ ਇਸ ਪਰਿਵਾਰ ਵੱਲੋਂ ਪੰਚਾਂ ਵਿੱਚ ਕਲਾ ਪ੍ਰਸ਼ਾਦ ਦੀ ਦੇਖ ਸਦ ਕੇ ਹਾਜ਼ਰ ਹੈ ਗੁਰੂ ਸੰਗਤਾਂ ਨੂੰ ਅਸੀਸ ਬਖਸ਼ੋ ਨਵਾਜੋ ਖੁਸ਼ੀਆਂ ਦਿਓ ਜੀ ਪਰਿਵਾਰ ਤੇ ਆਪਣੀ ਮਿਹਰ ਦ੍ਰਿਸ਼ਟੀ ਨਾਲ ਨਦਰੀ ਨਦਰ ਨਿਹਾਲ ਵਾਲੀ ਦਇਆ ਕਰਕੇ ਨਵਾਜ ਲੈਣਾ ਜੀਓ ਸਮੂਹ ਬੇਨਤੀਆਂ ਅਰਦਾਸਾਂ ਪ੍ਰਵਾਨ ਕਰਨੀਆਂ ਸੇਵਾ ਪਰਿਵਾਰ ਵੱਲੋਂ ਪ੍ਰਵਾਨ ਕਰਨੀ ਸੁੱਖ ਹੋਵੇ ਸਤਿਗੁਰੂ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਜੈ ਸ੍ਰੀ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਰਗੁਰ ਪ੍ਰਸਾਦ ਕੋਈ ਜਾਣੇ ਕਮਣ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਮਿਲ ਪੂਜੇ ਤਾਗੀ ਨਿਰਮਲ ਰੀਤ ਕੋਈ ਜਾਣੇ ਕਮਣ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਮਿਲ ਪੂਜੇ ਤਾਗੀ ਨਿਰਮਲ ਰੀਤ ਮਾਤ ਪਿਤਾ ਪਿਤਾ ਸੁਧ ਬੰਧਪ ਸੰਗ ਸੰਦਨ ਕੇ ਪਾਏ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦਿਆਲ ਸਿੰਘ ਜੀ ਤਹਿਸੀਲਦਾਰ ਸਾਹਿਬ ਅੱਜ ਸਾਨੂੰ ਸਮੁੱਚੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਸੱਜਣਾ ਮਿੱਤਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਇਸ ਮੌਤ 'ਤੇ ਮੈਂ ਸਮਝਦਾ ਜਿਸ ਤਰ੍ਹਾਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਸਮਾਜ ਨੂੰ ਉਹਨਾਂ ਦੇ ਮਹਿਕਮੇ ਨੂੰ ਜਿੱਥੇ ਉਹ ਲੰਬਾ ਗੁਰਦਿਆਲ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹੋ ਬੇਨਤੀ ਹੈ ਸਿਰਫ 2 ਮਿੰਟ ਤੋਂ ਵੱਧ ਅਸੀਂ ਨਹੀਂ ਲਾਉਣਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਔਰ ਬਹੁਤ ਹੀ ਸੋਹਣਾ ਕਥਾ ਕਰ ਰਹੇ ਸੀ ਮੈਂ ਅੱਗੇ ਹਰਦੇਵ ਸਿੰਘ ਨਾਲ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਗਿਆਨੀ ਗੁੱਜਰ ਸਿੰਘ ਜੀ ਹਰਿਆਣਾ ਵਾਲੇ ਕਥਾ ਕਰ ਰਹੇ ਨੇ ਜਾਂ ਉਹਨਾਂ ਤੋਂ ਪਹਿਲਾਂ ਕਥਾ ਕਰ ਰਹੇ ਸੀਗੇ ਜੇ ਇਸ ਤਰ੍ਹਾਂ ਦਾ ਕੋਈ ਸ਼ਖਸੀਅਤ ਧਾਰਮਿਕ ਸ਼ਖਸੀਅਤ ਘੰਟਿਆਂ ਬਾਅਦ ਵੀ ਕਥਾ ਕਰਦੀ ਰਹੇ ਤੇ ਅਮਰੀ ਚਾਵਲੇੜਾ ਵੀ ਰਿਹਾ ਵਾ
ਜੋ ਪਾ ਕੇ ਜੀ ਇਹਨਾਂ ਗੱਲਾਂ 'ਚ ਵੱਖਰੀ ਗੱਲ ਆ। ਭਾਈ ਸਰਦਾਰ ਗੁਰਦਿਆਲ ਸਿੰਘ ਜੀ ਤਹਿਸੀਲਦਾਰ, ਜੋ ਕਿ ਉਹਨਾਂ ਦੇ ਸਾਰੇ ਲੜਕੇ ਰਿਸ਼ਤੇਦਾਰ ਵੀ ਆ, ਅਤੇ ਉਹਨਾਂ ਨਾਲ ਵੀ ਆਉਣ ਜਾਣ ਚਲੋ ਹੈਗਾ ਸੀ, ਬਹੁਤ ਪਿਆਰ ਸੀ। ਪਾ ਕੇ ਘੱਲਿਆ ਵੇ ਨਾਨਕਾ ਸੱਦੇ ਉੱਠ ਜਾਏ, ਜਿਹੜਾ ਬੰਦਾ ਸੰਸਾਰ 'ਚ ਆਇਆ ਉਹਨੇ ਜਾਣਾ ਹੀ ਆ। ਪਰ ਕਿ ਜਦੋਂ ਬਾਬੇ ਨਾਨਕ ਨੂੰ ਮਰਦਾਨਾ ਜੀ ਨੇ ਇੱਕ ਸਾਖੀ ਆਉਣੀ ਥੋੜ੍ਹੀ ਜੀ ਪਰਿਵਾਰ ਵੱਲੋਂ, ਚਾਚਾ ਜੀ ਸਰਦਾਰ ਸੁਖਵੰਤ ਸਿੰਘ ਜੀ ਬੈਠੇ ਆ, ਰਘਵੰਤ ਸਿੰਘ ਜੀ, ਬਲਜਿੰਦਰ ਸਿੰਘ ਜੀ, ਡਾਕਟਰ ਦੇਵ ਸਿੰਘ ਜੀ, ਸਮੁੱਚੇ ਪਰਿਵਾਰ ਵੱਲੋਂ ਤੁਹਾਨੂੰ, ਸਮੁੱਚੀ ਸਾਧ ਸੰਗਤ ਨੂੰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਲਵਾ ਫਿਰੋਜ਼ ਹੋਣ ਤੋਂ ਬਾਅਦ ਜੋ ਗੁਰੂ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਦਾਸ ਕੋਸ਼ਿਸ਼ ਕਰਦੇ ਹਨ ਉਸ ਹੁਕਮ ਨੂੰ ਪੜ੍ਹਨ ਦੀ। ਗੁਰੂ ਮਹਾਰਾਜ ਜੀ ਦੀ ਅਸੀਸ ਦੀ ਛੜੀ ਸਿਰ 'ਤੇ ਰਹੇ ਔਰ ਆਪ ਇਕਾਗਰਤਾ ਬਖਸ਼ਣ। ਕੋਈ ਜਾਣੈ ਕਵਨ ਇਹਾਂ ਜਗ ਦੀ, ਕੋਈ ਜਾਣੈ ਗਵਨ ਨਿਹਾਂ ਜਗਮੀਤ, ਕੋਈ ਜਾਣੈ, ਕੋਈ ਜਾਣੈ, ਕੋਈ ਜਾਣੈ ਗਵਨ ਨਿਹਾਂ ਜਗਮੀਤ, ਕੋਈ ਜਾਣੈ ਗਵਨ ਜਗਮੀਤ, ਜਿਸ ਹੋਏ ਕਿਰਪਾਲ ਸੋਏ ਬਿਦ ਪੂਜੈ, ਜਿਸ ਹੋਏ ਕਿਰਪਾਲ ਸੋਏ ਬਿਦ ਪੂਜੈ, ਜਿਸ ਹੋਏ ਕਿਰਪਾਲ ਸੋਏ ਬਿਦ ਪੂਜੈ, ਜਗਮੀਤ ਅਨਿਤਾ
ਇਸ਼ਕ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਕੋਈ ਜਾਣੈ ਕਵਨ ਸੱਥਰ ਚੰਗਾ ਪੱਠ ਖੇਣਿਆਂ ਦਾ
ਜੂਏ ਜਨਮ ਨਾ ਹਾਰੀਏ
ਬੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਰੰਗ ਅਨੇਕ ਨਜਾਪਨ ਮਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਹਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇ ਆਪਣਾ ਆਪ ਜਲ ਸਰਕਲਾ ਭਰਪੂਰ ਦਿਸੈ ਜਗਤ ਨੰਦਾ ਸਮਦਾਸ ਤੁਧ ਆਗਰ ਬਿਨਵਤਾ ਲੋਕ ਗੁਰੂ ਪਾਣੀ ਪਿਤਾ ਮਾਤਾ ਤਤ ਮਹੱਤ ਬਿਸਰਾ ਤੋਂ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਪੁਜਲੇ ਕੇਤੀ ਛੁੱਟੀ ਨਾ ਅੰਤਰ ਜੋਤ ਸਮਾਈ ਜੈਸਾ ਲਿਖਿਆ ਧੁਰ ਕਰਤੇ
ਹਮ ਤੈਸੀ ਕਿਰਤ ਕਮਾਈ ਡੰਡੋਤ ਬੰਦਨ ਅਨਖਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਰਾਨਕ ਦੇ ਕਰ ਹੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅਤਿ ਸਤਿਕਾਰਯੋਗ ਸਰਦਾਰ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਤਿਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਦੂਰ ਨੇੜ ਤੋਂ ਚੱਲ ਆ ਕੇ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਇੱਕ ਮਨ ਦੀ ਭਾਵਨਾ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਨਿਮਿਤ ਜੁੜੇ ਬੈਠੇ ਸਮੂਹ ਸਤਸੰਗੀ ਜਨੋ ਦਾਸਰੇ ਦੀ ਬੇਨਤੀ ਸਾਹਿਬਾ ਜੀ ਦੀ ਬਖਸ਼ੀ ਫਤਿਹ ਰਾਹੀਂ ਅਰਜ ਹੈ, ਸਵੀਕਾਰ ਕਰੋ ਉਚਾਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਦਾ ਸਿਧਾਂਤ ਹੈ, ਮਰਿਆਦਾ ਹੈ, ਸਤਿਗੁਰਾਂ ਵੱਲੋਂ ਸਾਨੂੰ ਸਿੱਖਿਆ ਹੈ, ਦੇਖਿਆ ਹੈ ਕਿ ਪ੍ਰਾਣੀ ਦੇ ਜਾਨ ਮਗਰੋਂ ਸਾਹਿਬਾ ਜੀ ਦੀ ਬਾਣੀ ਦੀ ਟੇਕ ਲੈਣੀ ਹੈ, ਆਸਰਾ ਲੈਣਾ ਹੈ ਅਤੇ ਅਰਦਾਸ ਕਰਨੀ ਹੈ ਸਤਿਗੁਰੂ ਇਸ ਅਸਾਰ ਸੰਸਾਰ ਵਿੱਚ ਵਿਚਰਦਿਆਂ ਜੀਵ ਕੋਲੋਂ ਪਤਾ ਨਹੀਂ ਜਾਣੇ ਅਣਜਾਣੇ 'ਚ ਕੀ ਕੁਝ ਹੁੰਦਾ ਹੈ। ਲੇਖੇ ਕਤੇ ਨਾ ਛੂਟੀਐ ਖਿਲ ਖਿਲ ਭੋਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰਸਿੱਖ ਪਰਿਵਾਰ ਨੇ ਸਾਹਿਬਾਂ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਸਾਹਿਬ ਜੀ ਦੀ ਕਿਰਪਾ ਹੋਈ ਹੈ। ਸ੍ਰੀ ਮਾਨ ਜਥੇਦਾਰ ਸਾਹਿਬ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਭਾਵਨਾ ਦੇ ਨਾਲ ਸਰਵਣ ਕੀਤਾ ਹੈ, ਉਹਨਾਂ ਸਰਵਣ ਕਰਾਇਆ ਹੈ। ਸਮੂਹ ਸੰਗਤ ਧੰਨ ਧੰਨ ਹੋਈ ਹੈ, ਸ਼ੁਕਰ ਹੈ ਸਤਿਗੁਰ ਦੀ ਇਸ ਬਖਸ਼ਿਸ਼ ਦਾ। ਸਾਡੀ ਧਾਰਨਾ ਹੈ, ਮਨੌਤ ਹੈ ਕਿ ਸਾਰੀ ਬਾਣੀ ਦੇ ਵਿੱਚ ਨਹੀਂ ਸੁਣੀ ਜਾਂਦੀ। ਚਲੋ ਘੱਟ ਤੋਂ ਘੱਟ ਜਦੋਂ ਭੋਗ ਪੈਂਦੇ ਨੇ, ਜਦੋਂ ਮਹਾਰਾਜ ਅਖੀਰ 'ਤੇ ਹੁਕਮ ਦਿੰਦੇ ਨੇ, ਘੱਟ ਤੋਂ ਘੱਟ ਹੁਕਮ ਨੂੰ ਤੇ ਸਾਹਿਬ ਜੀ ਦੀ ਸਿੱਖਿਆ ਮੰਨ ਕੇ, ਦੇਖਿਆ ਮੰਨ ਕੇ ਸਾਨੂੰ ਜਿਹੜੀ ਤਾਂਡਸ ਵਧਾਏਗੀ, ਜੋ ਮੰਦਰ ਕੋ ਥਾਮੇ ਥਮਨ ਤੋ ਗੁਰ ਕਾ ਸ਼ਬਦ ਮਨੇ ਅਸਥਮਨ। ਗੁਰੂ ਦਾ ਸ਼ਬਦ ਇੱਕ ਥੰਮ ਦਾ ਕੰਮ ਕਰਦਾ ਹੈ, ਸਹਾਰਾ ਦਿੰਦਾ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਜਦੋਂ ਘਰ ਭੋਗ ਪਏ, ਪੰਜਵੇਂ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਆਪਾਂ ਸਭ ਨੇ ਸਰਵਣ ਕੀਤੀ ਰਾਗ ਬਿਲਾਵਲ ਮਹਿਲਾ ਪੰਜਵਾਂ, ਘਰ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ ਬਿਨ ਸਤਬਾਰ ਨਾ ਲਾ ਗਈ ਜਿਉਂ ਕਾਗਦ ਬੁੰਦਾਰ। ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਹੀ ਜੋਗੀ ਤਜ ਗਏ ਘਰ ਬਾਰ ਰਹਾਓ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਏ ਕਿਆ ਲਗੇ ਗਵਾਰ ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ
ਇੱਕ ਚਾਲ ਹੈ ਇੱਕ ਚਾਲ ਸਹਿ ਸਭ ਆਪਣੀ ਵਾਰ। ਅਖੀਰ ਤੇ ਸਾਹਿਬ ਨੇ ਸਿੱਖਿਆ ਹੌਸਲਾ ਦਿੱਤਾ, ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਰ ਹਰ ਦੁਆਰ, ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ। ਜਦੋਂ ਪੰਡਾਲ ਵਿੱਚ ਸਾਹਿਬ ਆਏ, ਸਾਹਿਬਾਂ ਨੇ ਬਖਸ਼ਿਸ਼ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਹੋਈ। ਜੈਤ ਸ੍ਰੀ ਮਹੱਲਾ ਪੰਜਵਾਂ ਕੀਰਤਨ ਚ ਵੀ ਆਪਾਂ ਸ੍ਰੀਮਾਨ ਬਾਬਾ ਜੀ ਤੋਂ ਸਰਵਣ ਕੀਤਾ ਹੈ ਸ਼ਬਦ ਬਹਿੰਦਿਆ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਦੀ ਜਾਏ ਕੋ ਓਂਕਾਰ ਸਤਿਗੁਰ ਪ੍ਰਸਾਦ, ਕੋਈ ਜਾਣੈ ਕਵਨ ਇਹਾ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਂ ਕਿ ਨਿਰਮਲ ਰੀਤ ਰਹਾਓ। ਮਾਤ ਪਿਤਾ ਬਨਤਾ ਸੁਤ ਬੰਧਵ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤਹਿ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਕੋਈ ਦੁਨੀਆ ਦਾ ਨਾਲ ਕੋਈ ਮੂਹਿਆ ਨਾ ਮੂਹਿਆ ਨਾਲੇ, ਕੋਈ ਮਰਿਆ ਹੋਵੇ ਕੋਈ ਨਾਲ ਕੋਈ ਗਿਆ ਹੋਵੇ ਨਹੀਂ ਜਾਂਦਾ। ਆ ਪਹਿਲੋਂ ਇੱਕ ਐਸਾ ਰਿਵਾਜ਼ ਸੀ ਵੀ ਬੰਦੇ ਨੇ ਮਰਨਾ ਤੇ ਜਨਾਨੀ ਨੂੰ ਚੁੱਕ ਕੇ ਧੱਕੇ ਦੇ ਨਾਲ ਉਹਦੇ ਚੀਕਾਂ ਤੇ ਪਾ ਦੇਣਾ, ਉਹ ਸਤੀ ਪ੍ਰਥਾ ਸੀ ਵੀ ਤੂੰ ਵੀ ਨਾਲ ਜਾ। ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਦਾ ਵਿਰੋਧ ਕੀਤਾ ਤੇ ਸਤੀ ਪ੍ਰਥਾ ਨੂੰ ਗੁਆਇਆ ਤੇ ਪੁਨਰ ਵਿਵਾਹ ਦੀ ਰਸਮ ਅਦਾ ਕੀਤੀ। ਨਾਲ ਕੋਈ ਨੀ ਮਰਿਆ, ਕੋਈ ਨੀ ਮਰਦਾ। ਜੇ ਧਨ ਪਦਾਰਥ ਦਾ ਜ਼ਿਕਰ ਕਰੀਏ ਤਾਂ ਕਬੀਰ ਸਾਹਿਬ ਵੀ ਇੱਥੇ ਸ਼ਬਦ ਚ ਜ਼ਿਕਰ ਕੀਤਾ ਹੈ ਵੀ ਇਹ ਜਿੱਥੇ ਰਿਸ਼ਤੇ ਨਾਤੇ ਨਾਲ ਨਹੀਂ ਨਿਭਣੇ ਤੇ ਬੰਦਾ ਕਹਿੰਦਾ ਮੇਰੇ ਕੋਲ ਪੈਸਾ ਬਹੁਤ ਹੈ, ਮੈਂ ਪੈਸੇ ਨਾਲ ਧਨ ਦੇ ਨਾਲ ਕੰਮ ਚਲਾ ਲਾਂਗਾ, ਸ਼ਾਇਦ ਧਨ ਹੀ ਨਾਲ ਜਾਏ। ਤੇ ਇਹ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਤਾਰੂ ਪਾਤਸ਼ਾਹ ਨੂੰ, ਕਾਰੂ ਪਾਤਸ਼ਾਹ ਨੂੰ ਦਿੱਤੀ ਸੀ ਵੀ ਤੂੰ 40 ਗੰਜ ਧਨ ਜੋੜਿਆ ਜਾਂ ਵਧੇਰੇ ਧਨ ਹੈ, ਆ ਸੂਈ ਸਾਡੀ ਵੀ ਲੈ ਜੀ, ਤੇ ਪਿਆਰੇ ਦੇ ਚਰਨਾਂ ਦੀ ਧੂੜ ਹੋ ਜਾ ਬਸ। ਅਗਰ ਜ਼ਿੰਦਗੀ ਚ ਕੁਝ ਕਮਾਈ ਕਰਨੀ ਹੈ ਜਨ ਦੀ ਧੂੜ ਹੋ ਜਾ। ਜਨ ਕੌਣ ਹੈ? ਜਿਹੜਾ ਰੱਬ ਦੇ ਪਿਆਰ ਵਾਲਾ ਹੈ। ਜਨ ਕਿਵੇਂ ਦਾ? ਜਿਹੜਾ ਹਰੀ ਵਰਗਈ ਹੈ। ਹਰ ਹਰ ਜਨ ਤੋਂ ਏਕ ਹੈ ਬਿਬ ਵਿਚਾਰ ਕਿਛਨਾ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਨ ਦੀ ਧੂੜ ਹੋ ਜਾ। ਕਿਉਂ ਜਨ ਦੀ ਧੂੜ ਹੋਈ ਹੈ? ਕਾਰਨ ਹੈ, ਸਤਿਗੁਰੂ ਕਹਿੰਦੇ ਨੇ ਜਨ ਕੋ ਪ੍ਰਭ ਆਪਣੇ ਕਾ ਤਾਣ। ਜਿਹੜਾ ਰੱਬ ਦੇ ਪਿਆਰ ਵਾਲਾ ਹੈ ਨਾ, ਉਹ ਰੱਬ ਦੇ ਆਸਰੇ ਜਿਉਂਦਾ ਹੈ, ਉਹਨੂੰ ਪਿਆਰ ਵੀ ਰੱਬ ਨਾਲ। ਜਨ ਕੋ ਪ੍ਰਭ ਸੰਗੇ ਅਸਨੇ, ਜਨ ਨੂੰ ਪ੍ਰਭੂ ਦੇ ਨਾਲ ਹੀ ਪਿਆਰ ਹੈ, ਪ੍ਰਭੂ ਦਾ ਹੀ ਉਹਨੂੰ ਆਸਰ ਹੈ। ਇਸ ਕਰਕੇ ਤੂੰ ਵੀ ਜਨ ਦੀ ਸੰਗਤ ਕਰ, ਉਹ ਤੈਨੂੰ ਰੱਬ ਦੇ ਨਾਲ ਪਿਆਰ ਪਾਏਗਾ, ਤੈਨੂੰ ਰੱਬ ਤੇ ਆਸ਼ਰਿਤ ਕਰੇਗਾ, ਤੇ ਰੱਬ ਤੇਰੀ ਫਿਰ ਬਾਹ ਫੜੇਗਾ, ਤੇਰੇ ਤੇ ਤਰਸ ਕਰੇਗਾ, ਤੇਰਾ ਲੇਖਾ ਜੋਖਾ ਨਹੀਂ ਵਿਚਾਰੇਗਾ, ਤੈਨੂੰ ਆਪਣੇ ਨਾਲ ਜੋੜ ਲਏਗਾ। ਕਹਿ ਕਬੀਰ ਸੁਣੋ ਰੇ ਸੰਤੋ, ਇਹ ਮਨ ਉੱਡਣ ਪਖੇਰੂ ਬਨ ਕਾ। ਆ ਜਿਹੜਾ ਮਨ ਹੈ ਇਹ ਤੇ ਇੱਕ ਉਸ ਪਕਸ਼ੀ ਦੀ ਤਰ੍ਹਾਂ ਜਿਹੜਾ ਜੰਗਲ 'ਚ ਤੁਰਿਆ ਫਿਰਦਾ ਹੈ, ਉੱਡਦਾ ਫਿਰਦਾ, ਇਹ ਕਾਬੂ ਨਹੀਂ ਜੀ ਆਉਂਦਾ। ਇਹਨੂੰ ਕੋਈ ਗੁਰੂ ਦੀ ਸੰਗਤ, ਇਹਨੂੰ ਗੁਰੂ ਦੇ ਸਵਾਰੇ ਨਾਮ ਰਸੀਏ ਇਸ ਮਨ ਨੂੰ ਫੜ ਸਕਦੇ ਨੇ। ਕਿਸੇ ਯੁਕਤੀ ਦੇ ਨਾਲ ਮਨ ਨੂੰ ਕਾਬੂ ਕਰਨਾ, ਹੋਰ ਮਨ ਕਿਸੇ ਕੋਲ ਕਾਬੂ ਨਹੀਂ ਹੁੰਦਾ। ਜੇ ਕੋਈ ਸੋਚੇ ਵੀ ਪੈਸੇ ਨਾਲ ਮਨ ਨੂੰ ਕਾਬੂ ਕਰ ਲਈਏ ਜਾਂ ਘਰ ਦੇ ਭੈਣ ਭਰਾ ਰਿਸ਼ਤੇਦਾਰ ਇਹਨੂੰ ਕਾਬੂ ਕਰ ਲੈਣ, ਮਨ ਨਹੀਂ ਕਿਸੇ ਦੇ ਕਾਬੂ ਦਾ। ਆ ਛੋਟਾ ਜਿਹਾ ਜਵਾਕ ਹੋਵੇ ਨਾ ਸਾਧ ਸਿੰਘ ਜੀ, ਜੇ ਜਿੱਦ ਕਰਕੇ ਬਹਿੰਦੇ ਨਾ ਮੈਂ ਟੋਪੀ ਲੈਣੀ ਹੈ ਤੇ ਭਾਵੇਂ ਕੁੱਟ ਕੁੱਟ ਕੇ ਦੂਰਿਆ ਕਰ ਦਿਓ, ਉਹ ਟੋਪੀ ਲੈ ਕੇ ਛੱਡਦਾ ਨਹੀਂ ਮਨ।
ਗੁਰੂ ਇਹਨੇ ਬੜੇ ਤਰੀਕੇ ਦੇ ਨਾਲ ਬੰਦੇ ਦੇ ਮਨ ਨੂੰ ਸਮਝਾਉਂਦਾ ਹੈ, ਸਾਰੀ ਬਾਣੀ ਮਨ ਨੂੰ ਇਸੇ ਕਰਕੇ ਉਪਦੇਸ਼ ਦਿੰਦਾ। ਇਹ ਮਨ ਮੇਰਿਆ ਤੂੰ ਸਦਾ ਰਹੋ ਰਨਾਲੇ, ਇਹ ਮਨ ਮੇਰਿਆ ਤੂੰ ਸਦਾ ਰਹੋ ਰਨਾਲੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਤੇ ਕਿਧਰੇ ਕਿਧਰੇ ਝਿੜਕ ਵੀ ਮਾਰੀ ਹੈ ਗੁਰੂ ਸਾਹਿਬ ਨੇ ਮਨ, ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਚਲਾਕੀਆਂ ਨਾ ਕਰ, ਪਿਆਰ ਕਰ ਰੱਬ ਦੇ ਨਾਲ ਜੇ ਤੂੰ ਕੁਝ ਲੱਭਣਾ। ਸਤਿਗੁਰ ਨੇ ਬੜੀ ਸੁੰਦਰ ਸਾਨੂੰ ਸਿੱਖਿਆ ਦਿੱਤੀ ਹੈ ਤੇ ਗੁਰੂ ਪੰਜਵੇਂ ਪਾਤਸ਼ਾਹ ਨੇ ਬਹੁਤ ਸੁੰਦਰ ਖਿਆਲ ਦਿੱਤਾ ਸੰਸਾਰ ਦਾ। ਇੱਕ ਬੜਾ ਪਿਆਰਾ ਕਹਿੰਦੇ ਨੇ, ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ। ਮਨਸਾ ਕਹਿੰਦੇ ਨੇ ਮਨੀਸ਼ਾ, ਹਿੰਦੀ ਦਾ ਸ਼ਬਦ ਹੈ, ਜਿਹੜੀਆਂ ਸਾਡੇ ਮਨ ਦੇ ਤੁਰਨੇ ਨੇ, ਜਿਹੜੇ ਸਾਡੇ ਅੱਠੇ ਪੈਰ ਦਿਮਾਗ 'ਚ ਚੱਲਦੇ ਨੇ, ਜਿਹੜੇ ਸੁਧਿਆ ਵੀ ਚੱਲਦੇ ਨੇ। ਸਤਿਗੁਰੂ ਪੰਜਵੇਂ ਪਾਤਸ਼ਾਹ ਆਪਣੇ ਮਨ ਨੂੰ ਉਪਦੇਸ਼, ਸਾਡੇ ਮਨਾਂ ਨੂੰ ਉਪਦੇਸ਼ ਦਿੰਦੇ ਕਹਿੰਦੇ ਨੇ, ਆ ਜਿਹੜੇ ਤੇਰੇ ਅੰਦਰ ਪੁਰਨੇ ਚੱਲਦੇ ਨੇ, ਜਿਹੜੇ ਅੰਦਰ ਤੇਰੀ ਵਿਚਾਰਧਾਰਾ ਚੱਲਦੀ ਪਈ ਹੈ, ਤੂੰ ਇਸ ਵਿਚਾਰਧਾਰਾ ਦੇ ਵਿੱਚ ਤੂੰ ਇੱਕ ਗੱਲ ਵੇਖ, ਇੱਕ ਗੱਲ ਲੱਭ ਵੀ ਸੱਚਾਈ ਕੀ। ਸਤ ਦੇਖ ਵਿਚਾਰ, ਸਤ ਕੀ ਹੈ? ਸਤ ਕੀ? ਜਿਹੜੀ ਇੱਕ ਰਸ ਹੋਵੇ, ਜਿਹੜੀ ਕਦੀ ਨਾ ਖਤਮ ਹੁੰਦੀ ਹੋਵੇ, ਨਾ ਉਹ ਮਿਟਦੀ ਹੋਵੇ, ਇੱਕ ਰਸ ਰਹਿੰਦੀ ਹੋਵੇ, ਉਸ ਚੀਜ਼ ਲੱਭ। ਹੇ ਮੇਰੀ ਮਨਸਾ, ਹੇ ਮੇਰੇ ਮਨਾ, ਆਪਣੀਆਂ ਵਿਚਾਰਾਂ ਦੇ ਰਾਹੀਂ ਸੰਸਾਰ ਦੇ ਵਿੱਚੋਂ ਉਹ ਵਸਤੂ ਲੱਭ ਜਿਹੜੀ ਇੱਕ ਰਸ ਰਹਿਣ ਵਾਲੀ ਹੈ। ਸਤ ਦੇਖ ਵਿਚਾਰ, ਸਤਿਗੁਰੂ ਨੇ ਉਦਾਹਰਣ ਦਿੱਤਾ, ਕਹਿਣ ਲੱਗੇ ਸਿੱਧ ਸਾਧਕ ਗ੍ਰਹੀ ਜੋਗੀ ਤਜ ਗਏ ਘਰ ਬਾਹਰ, ਇਹਨਾਂ 'ਚ ਤਾਂ ਕੋਈ ਰਹਿਣ ਵਾਲਾ ਹੈ, ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ, ਜਿਹੜੇ ਸਾਧੂ ਬਣ ਗਏ, ਗ੍ਰਿਸ਼ਟੀ ਲੋਕ ਤੱਕ ਜਾਣੀ ਨੇ, ਸਾਡੀ ਤਾਂ ਕੋਈ ਗਿਣਤੀ ਨਹੀਂ। ਜਿਹੜੇ ਸਾਧਕ ਲੋਕ ਸਨ, ਜਿਹੜੇ ਕਹਿੰਦੇ ਸਨ ਆਹ ਸਰੀਰ ਨੂੰ ਰੱਖਣਾ, ਉਹਨਾਂ ਦਾ ਸਰੀਰ ਨਹੀਂ ਰਿਹਾ। ਭਾਵੇਂ ਯੋਗੀ ਲੋਕ ਸਨ, ਜਿਹੜੇ ਕਹਿੰਦੇ ਸਨ ਅਸੀਂ ਯੋਗੀ ਹਾਂ, ਅਸਾਂ ਕਾਬੂ ਕਰ ਲਿਆ, ਕਬਜ਼ਾ ਕਰ ਲਿਆ, ਪੂਰਾ ਸਾਡਾ ਇਹਦੇ ਤੇ ਕੰਟਰੋਲ ਹੈ ਸਰੀਰ ਤੇ, ਕਹਿੰਦੇ ਨੇ ਮਹਾਰਾਜ ਕਹਿੰਦੇ ਉਹ ਵੀ ਚਲੇ ਗਏ, ਤਜ ਗਏ ਘਰ ਬਾਰ, ਸਾਰਾ ਘਰ ਬਾਰ ਛੱਡ ਕੇ ਉਹ ਚਲੇ ਗਏ ਨੇ, ਕਿਸੇ ਦਾ ਸਰੀਰ ਰਿਹਾ? ਸਤਿਗੁਰ ਅਸਲ ਚ ਖਿਆਲ ਪੇਸ਼ ਕੀਤਾ, ਇੱਕ ਸੱਚਾਈ ਦੱਸੀ, ਕਹਿਣ ਲੱਗੇ ਅਸਲ ਚ ਗੱਲ ਇਹ ਹੈ, ਮ੍ਰਿਤ ਮੰਡਲ ਜਦ ਸਾਜਿਆ ਜੋ ਬਾਲੂ ਕਾਰਬਾਰ, ਬਿਨ ਸਤਬਾਰ ਨਾ ਲਾਗੀ ਜੋ ਕਾਗਦ ਬੁੰਗਾਰ। ਕਹਿੰਦੇ ਨੇ ਅਸਲ ਚ ਜਿਹੜਾ ਸੰਸਾਰ ਹੈ ਨਾ, ਦ੍ਰਿਸ਼ਟ ਮਾਂ ਮਹਾਰਜ ਕਹਿੰਦੇ ਨੇ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨ ਸਭ ਬਿਨਸੀਏ ਕਿਆ ਲਗੇ ਗਵਾਰ। ਇਹ ਗਵਾਰ ਬੰਦੇ, ਇਹ ਅਣਜਾਣ ਬੰਦੇ, ਤੂੰ ਇਹਦੇ ਨਾਲ ਕੀ ਜੁੜਿਆ? ਆਹ ਜਿਹੜਾ ਸੰਸਾਰ ਹੈ ਨਾ, ਜਿਹੜਾ ਤੂੰ ਦੇਖ ਰਿਹਾ, ਇਹ ਸਾਰਾ ਬਿਨਸਣ ਵਾਲਾ ਹੈ, ਇੱਕ ਸੁਪਨੇ ਦੀ ਨਿਆਈ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਇਹ ਜਿੰਨਾ ਮ੍ਰਿਤੂ ਮੰਡਲ ਹੈ, ਮਾਤ ਲੋਕ, ਮਾਤ ਲੋਕ ਵਿੱਚ ਜਿਹੜਾ ਆ ਗਿਆ ਉਹ ਮਰੇਗਾ, ਖਤਮ ਹੋਏਗਾ। ਜਿਵੇਂ ਰੇਤ ਦੀ ਦੀਵਾਰ ਹੈ, ਜੋ ਬਾਲੂ ਘਰ ਬਾਰ, ਬਾਲੂ ਕਹਿੰਦੇ ਨੇ ਰੇਤ, ਰੇਤ ਦੀ ਦੀਵਾਰ ਬਣਾਓ, ਕਿੰਨਾ ਕੁਝ ਡਿੱਗੇਗੀ। ਇਹ ਸੰਸਾਰ ਘੜੀ ਪਲ ਲਈ ਦਿਸਦੀ ਹੈ, ਡਿੱਗ ਜਾਂਦੀ ਹੈ ਹਵਾ ਕਰਕੇ, ਪਾਣੀ ਕਰਕੇ, ਰੇਤ ਦੀ ਦੀਵਾਰ ਡਿੱਗ ਜਾਏਗੀ, ਸੰਸਾਰ ਸਮਾਂ ਪਾ ਕੇ ਖਤਮ ਹੋ ਜਾਏਗਾ। ਮਾਤ ਲੋਕ ਮਰਨ ਵਾਲਾ ਹੈ, ਇਸੇ ਕਰਕੇ ਨੂੰ ਮ੍ਰਿਤੂ ਲੋਕ ਕਿਹਾ। ਸਤਿਗੁਰ ਕਹਿੰਦੇ ਨੇ ਜਿਵੇਂ ਕਾਗਜ਼ ਨੂੰ ਪਾਣੀ 'ਚ ਡੁਬੋ ਦਿਓ, ਕਾਗਜ਼ ਕਿੰਨਾ ਕੁ ਚਿਰ ਰਹੇਗਾ, ਬਿਨਸਤ ਬਾਹਰ ਨਾ ਲਾ ਗਈ ਜੋ ਕਾਗਜ਼ ਬੁਗਾ। ਕਾਗਜ਼ ਨੂੰ ਪਾਣੀ 'ਚ ਪਾਓ, ਕਾਗਜ਼ ਡੁੱਬ ਜਾਏਗਾ। ਸੰਸਾਰ ਮਿਟਣ ਵਾਲਾ ਹੈ, ਇੱਕ ਰੇਤੇ ਦੀ ਦੀਵਾਰ ਦੀ ਤਰ੍ਹਾਂ ਹੈ, ਇੱਕ ਕਾਗਜ਼ ਦੀ ਤਰ੍ਹਾਂ ਹੈ, ਗਲਣ ਵਾਲਾ ਹੈ, ਇੱਕ ਸੁਪਨੇ ਦੀ ਤਰ੍ਹਾਂ ਹੈ। ਦੇਖੋ ਸੁਪਨੇ 'ਚ ਕੀ ਹੈ, ਰਾਤ ਨੂੰ ਬੰਦਾ ਸੌਂ ਗਿਆ, ਸੌਂ ਕੇ ਇੱਕ ਵੱਖਰੀ ਦੁਨੀਆ ਬਣਾ ਕੇ ਬਹਿ ਗਿਆ। ਮਕਾਨ ਵੀ ਨੇ, ਗੱਡੀਆਂ ਵੀ ਨੇ, ਬੰਦੇ ਵੀ ਨੇ, ਸਾਰੇ ਸੁੱਖ ਭੋਗਦਾ ਮਨ ਦਾ ਸੁਪਨੇ 'ਚ। ਤੇ ਜਦੋਂ ਸੁਪਨਾ ਜਿੰਨਾ ਚਿਰ ਸੁੱਤਾ ਰਿਹਾ ਸਾਰੇ ਸੁੱਖ ਭੋਗੇ, ਤੇ ਜਦੋਂ ਅੱਖ ਖੁੱਲੀ ਤੇ ਕੱਖ ਵੀ ਨਹੀਂ, ਕੋਈ ਟੁੱਟੀ ਮੱਜੀ ਦੇ ਪਿਆ।
ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ, ਜਿਵੇਂ ਸੁਪਨੇ ਦੇ ਵਿੱਚੋਂ ਹਾਂ ਬਾਕੀ ਕੱਖ ਨਹੀਂ ਬਚਦਾ। ਰਾਤ ਨੂੰ ਮਨ ਨੇ ਸੁੱਖ ਭੋਗਿਆ ਸੁਪਨੇ ਦਾ, ਪਰ ਜਦੋਂ ਜਾਗਿਆ ਕੱਖ ਨਹੀਂ। ਬਸ ਵੇਖੋ ਸਰੀਰ ਜਿੰਨਾ ਚਿਰ ਸੰਸਾਰ ਚ ਰਿਹਾ ਦੁਨੀਆਂ ਦੇ ਸੁੱਖ ਭੋਗ ਲਏ, ਜਦੋਂ ਸਰੀਰ ਗਿਆ ਕੀ ਹੱਥ ਆਇਆ, ਕੀ ਰਹਿ ਗਿਆ, ਕੋਈ ਨਾਲ ਕੋਈ ਲੈ ਕੇ ਗਿਆ ਅੱਜ ਤੱਕ? ਜਿਵੇਂ ਸੁਪਨੇ ਚੋਂ ਬੰਦੇ ਨੂੰ ਕੱਖ ਨਹੀਂ ਲੱਭਦਾ, ਜਿੰਨਾ ਚਿਰ ਸਰੀਰ ਹੈ ਸੰਸਾਰ ਵਿੱਚ ਤੇ ਸੁੱਖ ਭੋਗ ਸਕਦਾ, ਜਿਵੇਂ ਸੁਪਨੇ ਚ ਮਨ ਨੇ ਸੁੱਖ ਭੋਗ ਲਏ, ਇੱਥੇ ਸਰੀਰ ਕਰਕੇ ਦੁਨੀਆਂ ਦੇ ਸੁੱਖ ਭੋਗ ਲਏ, ਸਰੀਰ ਛੱਡੇਗਾ ਤੇ ਕੱਖ ਨਹੀਂ, ਕੁਝ ਨਹੀਂ ਬਚਨ ਮਿਲਣ ਵਾਲੀ ਚੀਜ਼। ਸਤਿਗੁਰੂ ਜੀ ਕਹਿੰਦੇ ਨੇ, ਬੰਦੇ ਕਾ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ ਅੱਖਾਂ ਖੋਲ ਕੇ ਵੇਖ, ਤੇਰੀ ਮਾਂ ਕਿੱਥੇ, ਪਿਓ ਕਿੱਥੇ, ਭਰਾ ਕਿੱਥੇ, ਜੋ ਬਾਬੇ ਫਰੀਦ ਸਾਹਿਬ ਨੇ ਕਿਹਾ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਤੈ ਪਾਸਿਓ ਲੱਦ ਗਏ, ਤੂੰ ਅਜੇ ਨਾ ਪਤੀਣਿਓ, ਤੈਨੂੰ ਨਹੀਂ ਸਮਝ ਲੱਗੀ ਤੇਰੇ ਮਾਂ ਪਿਓ ਕਿੱਧਰ ਗਏ ਨੇ, ਜੇ ਤੇਰੇ ਮਾਂ ਪਿਓ ਤੈਨੂੰ ਛੱਡ ਕੇ ਚਲੇ ਗਏ ਨੇ ਤੇ ਤੈਨੂੰ ਕਿਉਂ ਨੀ ਸਮਝ ਆਉਂਦੀ? ਬਾਬਾ ਫਰੀਦ ਜੀ ਕਹਿੰਦੇ, ਦੇਖ ਨੈਣ ਪਸਾਰ ਅੱਖਾਂ ਖੋਲ ਕੇ ਵੇਖ ਵੀ ਕਿਹੜੀ ਚੀਜ਼ ਨਾਲ ਰਹਿਣ ਵਾਲੀ ਹੈ, ਇੱਕ ਚਾਲ ਹੈ ਇੱਕ ਚਾਲ ਸਰ ਸਭ ਆਪਣੀ ਵਾਰ, ਇਹ ਤੇ ਠੀਕ ਹੈ ਇਹ ਵਾਰੀ ਵਾਰੀ ਆਪੋ ਆਪਣੀ, ਕੋਈ ਨਾ ਬੱਧੇ ਸਮਾਂ ਪਾ ਕੇ ਸਭ ਨੇ ਚਲਿਆ ਜਾਣਾ, ਕਰੀਏ ਕਿ ਸਤਿਗੁਰ ਨੇ ਸਿੱਖਿਆ ਦਿੱਤੀ ਹੈ, ਜਿਨ ਪੂਰਾ ਗੁਰ ਸਤਿਗੁਰ ਸੇਵਿਆ, ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਰ ਹਰ ਦੁਆਰ, ਜਿਨ੍ਹਾਂ ਨੇ ਸਰੀਰ ਰਹਿੰਦਿਆਂ ਮਨ ਰਹਿੰਦਿਆਂ ਸਰੀਰ ਤੇ ਮਨ ਦੀ ਤਾਕਤ ਰਹਿੰਦਿਆਂ ਉਸ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਹਰੀ ਦੀ ਦਰਗਾਹ ਚ ਬਿਲਕੁਲ ਸਾਫ ਨਾਲ ਖਰੋਤੇ ਦਿਸਦੇ ਨੇ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਫਲਾ ਦਿੱਤਾ ਹੈ। ਜਿਹੜੇ ਲੋਕ ਗੁਰੂ ਦੀ ਸੰਗਤ ਕਰਨਗੇ, ਮਹਾਂਪੁਰਸ਼ਾਂ ਦੀ ਸੰਗਤ ਕਰਨਗੇ ਤੇ ਪਰਮੇਸ਼ਰ ਦੀ ਯਾਦ ਵਿੱਚ ਜੁੜਨਗੇ ਅਤੇ ਪਰ ਸਿਮਰਨ ਕਰਨਗੇ, ਇੱਥੇ ਆ ਲੋਕ ਤੇ ਸੁੱਖ ਭੋਗਣਗੇ ਭੋਗਣਗੇ, ਨਾਮ ਜਪਣ ਵਾਲੇ ਨੂੰ ਸਾਰੇ ਸੁੱਖ ਨੇ। ਬਾਬਾ ਸ਼੍ਰੀ ਚੰਦ ਜੀ ਨੇ ਇਹ ਗੱਲ ਕਹੀ ਸੀ, ਬਾਬਾ ਸ਼੍ਰੀ ਚੰਦ ਜੀ ਨੇ ਇੱਕ ਗੱਲ ਕਹੀ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਸਰੀਰ ਛੱਡਿਆ ਸੀ ਕਰਤਾਰਪੁਰ ਸਾਹਿਬ, ਇੱਕ ਗੱਲ ਕੀ ਕਹਿਣ ਕੇ ਬਾਅਦ ਜਦੋਂ ਸਰੀਰ ਮਹਾਰਾਜ ਨੇ ਛੱਡਿਆ ਤੇ ਬੜਾ ਵਿਲਾਪ ਕੀਤਾ, ਸਿੱਖਾਂ ਨੇ ਅਰਦਾਸ ਕੀਤੀ ਧੰਨ ਕਰਤਾਰ, ਜਦੋਂ ਕਹੀ ਨਾ ਸਤ ਕਰਤਾਰ ਕਿਹਾ ਤੇ ਗੁਰੂ ਨਾਨਕ ਸਾਹਿਬ ਦੁਬਾਰਾ ਜਾ ਕੇ ਗੱਲ ਕੀ ਵੀ ਕਿਉਂ ਠਾਇਆ ਤੁਸੀਂ ਹੁਕਮ ਜਵਾਦਾ ਪਾਈਏ, ਸਿੱਖ ਕਹਿਣ ਕੇ ਮਹਾਰਾਜ ਸਾਡਾ ਕੋਈ ਕੰਮ ਨਹੀਂ, ਆ ਤੁਹਾਡੇ ਬੱਚੇ ਥੋੜਾ ਜਿਹਾ ਕਰਦੇ ਨੇ ਵਿਰਲਾਪ, ਪੁੱਛਿਆ ਕਿਉਂ ਕਰਦੇ ਹੋ? ਬਾਬਾ ਸ਼੍ਰੀ ਚੰਦ ਜੀ ਗੱਲ ਕਹੀ ਵੀ ਅਸੀਂ ਸਾਂ ਖੱਤਰੀ ਲੋਕ, ਖੇਤੀ ਕਰਨੀ ਬਿਜ਼ਨਸ ਕਰਨਾ ਦੁਕਾਨਦਾਰੀ ਸਾਡਾ ਕੰਮ ਸੀ, ਤੇ ਜਿੱਦਣ ਦੇ ਤੁਸੀਂ ਗੁਰੂ ਬਣੇ ਹੋ ਉਦਣ ਦੇ ਨਾਂ ਤੇ ਨਾਲੇ ਤੇ ਖੇਤੀ ਛੱਡ ਦਿੱਤੀ ਹੈ ਤੇ ਨਾਲੇ ਦੁਕਾਨਦਾਰੀ ਛੱਡ ਦਿੱਤੀ ਹੈ, ਅਸੀਂ ਇਹ ਮਾਲਾ ਫੜ ਕੇ ਉਦਾਸੀ ਬਣ ਗਏ ਹਾਂ। ਹੁਣ ਗੁਰਿਆਈ ਕਰਕੇ ਗੁਰੂ ਕਰਕੇ ਸਾਨੂੰ ਰੋਟੀ ਮਿਲਦੀ ਸੀ, ਗੁਰਿਆਈ ਤੁਸੀਂ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਹੈ, ਅਸੀਂ ਤਾਂ ਭੁੱਖੇ ਮਰ ਜਾਵਾਂਗੇ, ਸਾਡੇ ਕੋਲ ਰੋਟੀ ਕਿੱਥੋਂ ਮਿਲੇਗੀ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆਹ ਗੱਲ ਇਸ ਕਰਕੇ ਠਾਇਆ ਜੇ ਉਹ ਭਲਿਓ ਰੋਟੀ ਦੀ ਗੱਲ, ਰੋਟੀ ਤੇ ਗੁਰੂ ਨਾਨਕ ਦੇ ਘਰ ਦੇ ਕੁੱਤਿਆਂ ਤੋਂ ਨਹੀਂ ਮੁੱਕਣੀ, ਤੁਸੀਂ ਫਿਰ ਸਿੱਖਿਆ ਦਿੱਤੀ ਹੈ। ਸੰਸਾਰ ਦਿਸਣ ਵਾਲਾ ਹੈ, ਇਹਦੇ ਨਾਲ ਲਗਾਵ ਨਹੀਂ, ਇਹਦੇ ਨਾਲ ਜੋੜ ਨਹੀਂ ਬਣਾਉਣਾ, ਇਹਨੂੰ ਮੰਨਣਾ ਹੈ, ਇਹਦੇ ਚ ਰਹਿੰਦਿਆਂ ਸੰਸਾਰ ਦੇ ਵਿੱਚ ਰਹਿੰਦਿਆਂ ਪਰਮਾਤਮਾ ਦਾ ਸਿਮਰਨ ਕਰਨਾ ਹੈ। ਸੇਵਾ ਤੇ ਸਿਮਰਨ ਦੋ ਹੀ ਸਿੱਖੀ ਦੇ ਖੰਭ ਦੱਸੇ ਨੇ, ਜਿੰਨਾ ਚਿਰ ਸਰੀਰ ਹੈ ਵੱਧ ਤੋਂ ਵੱਧ ਸੇਵਾ ਕਰਨੀ ਹੈ, ਪਰਉਪਕਾਰ ਕਰਨਾ ਹੈ, ਜਿੰਨਾ ਚਿਰ ਸਰੀਰ ਹੈ ਮਨ ਕਰਕੇ ਸਮ੍ਰਿਤੀ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਰੱਬ ਨੂੰ ਯਾਦ ਕਰਨਾ ਹੈ। ਦੋ ਹੀ ਨੁਕਤੇ ਨੇ ਜਿਹੜੇ ਬੰਦੇ ਦਾ ਭਲਾ ਕਰ ਸਕਦੇ ਨੇ, ਦੋ ਹੀ ਤਰੀਕੇ ਨੇ। ਗੁਰੂ ਕਿਰਪਾ ਕਰੇ ਸਾਨੂੰ ਸੱਚੇ ਪਾਤਸ਼ਾਹ ਅਸੀਂ ਬਖਸ਼ਿਸ਼ ਦੇ, ਐਸੇ ਸ੍ਰੇਸ਼ਟ ਪੁਸ਼ਟਾਂ ਦੇ ਜਾਣ ਦੇ ਪਿੱਛੋਂ, ਵੈਸੇ ਜੋ ਪਰਿਵਾਰ ਨੂੰ ਸਮਾਜ ਨੂੰ ਗ੍ਰਾਂ ਨੂੰ ਨਗਰ ਨੂੰ ਘਾਟਾ ਪੈਂਦਾ ਹੈ, ਵੈਸੇ ਇਹਦੀ ਪੂਰਤੀ ਨਹੀਂ, ਪਰ ਇੱਕ
ਸੰਸਾਰ ਦੀ ਮਰਿਆਦਾ ਹੈ, ਜਿਹਨੇ ਸਰੀਰ ਧਾਰਨ ਕੀਤਾ ਹੈ, ਆਖਰ ਸਮਾਂ ਪਾ ਕੇ ਸਰੀਰ ਛੱਡਣਾ ਹੈ। ਗੁਰੂ ਕਿਰਪਾ ਕਰੇ, ਪਰਿਵਾਰ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਆਸਰਾ ਤੱਕਿਆ ਹੈ ਕਿ ਆਪਾਂ ਸਭ ਨੇ ਮਿਲ ਕੇ ਅਰਦਾਸ ਕਰਨੀ ਹੈ, ਤਰਲਾ ਲੈਣਾ। ਤੂੰ ਵੱਡੋ ਵਾਲੀ ਗੱਲ ਨਹੀਂ, ਬਲਕਿ ਗੱਲ ਕਹਿਣੀ ਹੈ ਦਾਦਿਆ, ਇਸ ਅਸਾਰ ਸੰਸਾਰ ਚ ਵਿਚਰਦਿਆਂ ਅਸੀਂ ਹਾਂ ਮਿੱਟੀ ਦੇ ਪੁਤਲੇ। ਅਨੇਕਾਂ ਗੁਣਾ ਹੋ ਜਾਂਦੇ ਸਰੀਰ ਚ, ਹੰਕਾਰ ਨਹੀਂ ਕਰਨਾ। ਸਮਰਪਣ ਭਾਵ ਰੱਖ ਕੇ ਪ੍ਰਭੂ ਦੀ ਸ਼ਰਨ ਵਿੱਚ ਰਹਿਣਾ ਹੈ, ਤੇ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਨੇ, ਅਰਦਾਸ ਬੇਨਤੀ ਕਰਦੇ ਨੇ, ਪ੍ਰਭੂ ਉਹਨਾਂ ਦਾ ਲੜ ਉਹਨਾਂ ਦਾ ਪੱਲਾ ਪਕੜਦਾ ਹੈ, ਉਹਨਾਂ ਦਾ ਦਾਮਨ ਪਕੜ ਉਠਾਉਂਦਾ ਹੈ, ਉਹਨਾਂ ਨੂੰ ਆਸਰਾ ਦਿੰਦਾ ਹੈ, ਉਹਨਾਂ ਨੂੰ ਸਰੀਰੀ ਚਰਨਾਂ ਚ ਨਿਵਾਸ ਬਖਸ਼ਦਾ ਹੈ। ਇਤਨੇ ਕੋ ਵਚਨ ਪਰਵਾਲਣੇ, ਗੁਰੂ ਕਿਰਪਾ ਕਰੇ, ਪਿਛਲੀ ਰੂਹ ਨੂੰ ਆਪਣੇ ਖਾਸੋ ਖਾਸ ਚਰਨਾਂ ਚ ਨਿਵਾਸ ਬਖਸ਼ ਕੇ ਸਤਿਗੁਰੂ ਕਿਰਪਾ ਕਰਨ। ਇਹੀ ਕਾਰਨ ਹੈ ਸਤਿਗੁਰ ਨੇ ਸਾਨੂੰ ਅਸੀਸ ਦਿੱਤੀ ਹੈ, ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ, ਤਾਂ ਕਿ ਹਰ ਹਰ ਕਹੀਏ। ਕਹਿੰਦੇ ਨੇ ਸੰਤ ਜਿਹੜੇ ਨੇ ਉਹ ਰੱਬ ਦੇ ਪਿਆਰ ਵਾਲੇ ਨੇ, ਤੇ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ, ਗੁਰੂ ਦੇ ਸਵਾਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਇੱਥੇ ਹਰੀ ਦਾ ਸਿਮਰਨ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸਿਮਰਨ ਸਭ ਤੋਂ ਵੱਡੀ ਤਾਕਤ ਹੈ। ਇਤਨੇ ਕੋ ਬਚਨ ਪਰਵਾਨੇ ਜੀ, ਦਾਸ ਤੋਂ ਖੰਡ ਸਤਿਕਾਰਯੋਗ ਗਿਆਨੀ ਜੀ, ਕੁਝ ਕੁ ਮਿੰਟਾਂ ਵਾਸਤੇ ਆਪ ਜੀ ਦਰਸ਼ਨ ਕਰਕੇ ਜੀਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ, ਹਰੇ ਆਪ ਬੁਲਾਵੈ ਹਰੇ ਆਪੇ ਬੋਲੈ, ਹਰੇ ਆਪੇ ਜਲ ਹਰੇ ਆਪੇ ਛੋੜੈ, ਮਨ ਹਰ ਸ਼ਰਣੀ ਪੜ ਰਹੀਐ, ਹਰ ਬਿਨ ਕੋਈ ਮਾਰ। ਮਰਨਾ ਹੈ ਕੀ? ਪਹਿਲੀ ਤੇ ਗੱਲ, ਮਰਨ ਦਾ ਨਾਂ ਹੀ ਸੁਣ ਕੇ ਦੁਨੀਆ ਤਰਾਸ ਤਰਾਸ ਕਰਦੀ ਹੈ, ਕਿਉਂਕਿ ਮੇਰੇ ਸਾਹਿਬ ਨੇ ਲਿਖਿਆ ਮੈਂ ਜਿਹ ਮਰਨੇ ਸਭ ਜਗਤ ਤਰਾਸਿਆ, ਤਰਾਸ ਤਰਾਸ ਕਰਦਾ। ਕਹਿੰਦੇ ਜਦੋਂ ਮੈਂ ਗੁਰੂ ਕੋਲ ਆਇਆ ਨਾ, ਤੇ ਗੁਰੂ ਨੇ ਮੈਨੂੰ ਉਹਦਾ ਗਿਆਨ ਦੇ ਦਿੱਤਾ, ਮਰਨਾ ਕੁਛ ਵੀ ਨਹੀਂ ਹੋ, ਜਿਹ ਮਰਨੇ ਸਭ ਇਹ ਜਗਤ ਮਮਤਾ ਮੂਆ ਮੇਰਾ ਸਾਰਾ ਕੁਝ ਖਿੰਡ ਗਏ ਦੇ ਵਿੱਚ ਮਰ ਗਏ। ਜੀਵਨ ਕੀ ਬਿਧ ਨਾ ਹੈ, ਇਹਨੂੰ ਜਿਉਣ ਦਾ ਤਰੀਕਾ ਹੀ ਨਹੀਂ ਆਇਆ। ਹੁਣ ਜਿਉਣ ਦਾ ਤਰੀਕਾ ਕੀ ਸੀ ਨਾਲ ਦੱਸਿਆ? ਗੁਰ ਕੇ ਭਾਣੇ
ਜੋ ਚੱਲੇ ਸੋ ਜੀਵਨ ਪਦਵੀ। ਜਿਹੜਾ ਗੁਰੂ ਦੇ ਹੁਕਮ ਵਿੱਚ ਆਇਆ ਨਾ ਭਾਣੇ ਵਿੱਚ, ਉਹ ਜੀਵਨ ਪਦਵੀ ਪਾਇਆ। ਕਹਿੰਦੇ ਕਿਵੇਂ ਮਰਿਆ? ਕਹਿੰਦੇ ਇਹ ਜਗਤ ਹੋਮੇ ਕਰਕੇ ਮਰਿਆ। ਹੁਣ ਵੇਖੋ ਕਿਵੇਂ ਸਾਹਿਬ ਕਹਿੰਦੇ, ਹੋਮੇ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ, ਜਿਚਰ ਵਿੱਚ ਦਾਮਾ ਪਿਚਰ ਨਾ ਚੇਤੇ ਹੀ ਕੀ ਕਰੇਗਾ ਅੱਗੇ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਠਾ ਜਾਏ। ਕਹਿਣਗੇ ਇਹ ਮਰ ਗਿਆ, ਇਸ ਤਰ੍ਹਾਂ ਮਰਿਆ। ਕਹਿਣਗੇ ਹੋਰ ਤਰੀਕਾ, ਇੱਕ ਮਰਿਆ ਕਿਵੇਂ? ਕਹਿਣ ਲੱਗੇ ਜੀ ਇਹ ਮਰਿਆ ਆਸਾ ਦੇ ਵਿੱਚ। ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਕੇ ਗੁਣ। ਕਹਿੰਦੇ ਆਸਾ ਹੀ ਪੂਰੀਆਂ ਹੋਣਗੀਆਂ, ਗੁਣ ਤੇ ਗਾ ਕੇ ਵੇ, ਸ਼ਬਦ ਹੀ ਮਰ ਕੇ ਦੇਵੇ। ਕਹਿੰਦੇ ਜੀ ਕਿਉਂ ਮਰਿਆ? ਕਹਿੰਦੇ ਮਰਿਆ ਇਹਨੂੰ ਪਤਾ ਹੀ ਨਹੀਂ ਲੱਗਾ ਅਸਲ ਮਰਨਾ ਕੀ ਹੈ। ਸ਼ਬਦ ਮਰੋ ਫਿਰ ਜੀਵੋ ਸਤ ਹੀ, ਇਹਦਾ ਪਤਾ ਨਹੀਂ ਲੱਗਾ ਤਾਂ ਕਰਕੇ ਮਰਿਆ। ਕਹਿਣ ਲੱਗਾ ਵੀ ਕਿਉਂ ਦੇ ਮਰੇ ਨੇ? ਕਿਹੜੇ ਜਿਨ ਕੋ ਅੰਤਰ ਗਿਆਨ ਨਹੀਂ, ਭੈ ਕੀ ਨਾਹੀ ਬਿੰਦ, ਨਾਨਕ ਮੋਇਆ ਕਾ ਕਿਆ ਮਾਰਨਾ ਜੋ ਆਪ ਮਾਰੇ ਗੋਬਿੰਦ। ਕਹਿੰਦੇ ਜਿਹਨਾਂ ਨੂੰ ਹਾਲੇ ਗਿਆਨ ਹੀ ਨਹੀਂ ਆਇਆ, ਪਤਾ ਹੀ ਨਹੀਂ ਲੱਗਾ, ਕਹਿਣਗੇ ਉਹਦੇ ਆਪੇ ਮਰੇ ਪਏ ਨੇ। ਕਹਿਣਗੇ ਮਰ ਗਿਆ ਰੱਬ ਨੂੰ ਵਿਸਾਰ ਕੇ ਮਰਿਆ। ਦੇਖੋ ਉਦਾਹਰਨਾਂ ਸਾਹਿਬ ਜੀ ਦੀਆਂ ਨੇ, ਧਿਆਨ ਵਿੱਚ ਤੁਸੀਂ ਰੱਖਿਓ। ਸਤਿਗੁਰ ਕਹਿੰਦੇ ਨੇ ਜਿਉਣਾ ਸੀ ਨਾਮ ਵਿੱਚ ਜੀ ਕੇ, ਆਖਾਂ ਜੀਵਾਂ ਵਿਸਰੇ ਮਰ ਜਿਉ। ਸਲੋਕ ਸੰਸਕ੍ਰਿਤ ਮਰਨੰ ਵਿਸਰਨੰ ਗੋਬਿੰਦ ਹੈ। ਮਰਨਾ ਕੀ ਸੀ? ਗੋਬਿੰਦ ਨੂੰ ਵਿਸਾਰਨਾ। ਜੀਵਨ ਹਰੀ ਨਾਮ ਧਿਆਵਣਾ, ਹਰੀ ਦਾ ਨਾਮ ਜਪਣਾ ਜੀਵਨ ਸੀ। ਪਰ ਇਹਨੂੰ ਕਹੀਏ ਨਾ ਨਾਮ ਜਪ ਜਪ, ਕਹਿੰਦੇ ਵੀ ਕੋਈ ਅੱਜ ਨੀ ਗੱਲ ਕਰ ਲਾਂਗੇ, ਕੋਈ ਗੱਲ ਨੀ। ਸਾਡੀ ਆਪਣੇ ਕੋਲ ਬੜਾ ਟਾਈਮ ਖਿਆ ਹੈ। ਇੱਕ ਅਕਸਰ ਬੰਦਾ ਕਹਿੰਦਾ ਕਿ ਕੱਲ ਕਰ ਲਾਂਗੇ, ਤੇ ਧਿਆਨ ਕਦੋਂ ਆਉਂਦਾ? ਜੀਵਨ ਗੁਜ਼ਰ ਗਿਆ ਤੋ ਜੀਨੇ ਕਢੰਗ ਆਇਆ, ਸ਼ਮਾ ਬੁਝ ਗਈ ਤੋ ਮੈਂ ਫੁੱਲ ਰੰਗ ਲਾਇਆ, ਗਾੜੀ ਗੁਜ਼ਰ ਚੁੱਕੀ ਥੀ ਜਬ ਘਰ ਸੇ ਚਲਾ ਮੁਸਾਫਿਰ, ਹੱਥ ਮਲਤੇ ਮਲਤੇ ਵਾਪਸ ਪਰੰਗ ਆਇਆ। ਮਨ ਕੀ ਮਸ਼ੀਨਰੀ ਨੇ ਤਬ ਕੰਮ ਕਰਨਾ ਸਿੱਖਾ ਜਬ ਬੂੜੇ ਜਿਸਮ ਤੇ ਪੁਰਜ਼ਾ ਪੁਰਜ਼ਾ ਮੇਂ ਜੰਗ ਆਇਆ। ਗੱਲ ਪੈ ਗਈ, ਚੌਂਕੜੀ ਨੀ ਵੱਜਦੀ, ਅੱਖਾਂ ਨੀ ਵਹਿੰਦੀਆਂ, ਦੰਦ ਨੀ ਖਾਂਦੇ, ਪੁਰਜ਼ਾ ਪੁਰਜ਼ਾ ਮੇਂ ਜੰਗ ਆਇਆ। ਫੁਰਸਤ ਕੇ ਵਕਤ ਮੇਂ ਨਾ ਸਿਮਰਨ ਕਾ ਵਕਤ ਨਿਕਲਾ, ਉਸ ਵਕਤ ਵਕਤ ਮਾਂਗਾ ਜਬ ਵਕਤ ਤੰਗ। ਤੇਰੀ ਜ਼ਿੰਦਗੀ ਨੇ ਗਾਫਲ ਹਥਿਆਰ ਫੈਂਕ ਡਾਲੇ, ਯਮਰਾਜ ਫੌਜ ਲੈ ਕੇ ਜਪ ਕਰਨੇ ਜੰਗ ਆਇਆ। ਜਦੋਂ ਸੱਦਾ ਆ ਗਿਆ ਨਾ, ਫਿਰ ਆਂਦਾ ਕਿ ਥੋੜਾ ਜਿਹਾ ਹੋਰ ਸਮਾਂ ਮਿਲ ਜਾਂਦਾ। ਕਹਿੰਦੇ ਮੈਂ ਤੁਰਿਆ ਤੇ ਬੜਾ ਵਾ, ਬੜਾ ਕੁਝ ਕੀਤਾ। ਭਾਈ ਸਾਹਿਬ ਗੁਰਦਾਸ ਜੀ ਦਾ ਇੱਕ ਉਦਾਹਰਣ ਧਿਆਨ ਵਿੱਚ ਆਇਆ,
ਉਹ ਕਹਿੰਦੇ ਬੰਦਾ ਇਹ ਕਹਿੰਦਾ ਮੈਂ ਜਿਉਂਦਾ ਜਵਾਨ ਹੋਇਆ ਮੈਂ ਉਹ ਤਾਂ ਕਰੀ ਜਾ ਰਿਹਾ ਹਾਂ, ਮੈਂ ਤੀਰਥ ਤੇ ਵੀ ਗਿਆ, ਮੈਂ ਪਾਠ ਵੀ ਕਰਾਏ, ਮੈਂ ਇਹ ਕੀਤਾ, ਮੈਂ ਲੰਗਰ ਵੀ ਲਾਏ, ਸਾਰਾ ਕੁਝ ਕੀਤਾ, ਪਰ ਹਾਲੀ ਗੱਲ ਨਹੀਂ ਬਣੀ ਦਾ ਕਾਰਨ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੈਸੇ ਪਹਿਲ ਤੇਲੀ ਕੋ ਜਾਨ ਤਕਾਈ ਕੋਸਚਨ ਨੈਨ ਉਕਰ ਤਵਾਈ ਠੌਰੀ ਠਿਗਾਨੋ ਹੈ, ਜੈਸੇ ਜੇਵਰੀ ਬਾਂਟ ਤਾਂ ਅੰਦਰੋ ਅਚਿੰਤ ਚਿੰਤ ਖਾਤ ਜਾਤ ਬਚਰੋ ਟਟੋਰੇ ਪਛਤਾਨੋ ਹੈ, ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੇ ਮਿਰਗ ਤਿਰਖਾਵੰਤ ਆਵਤ ਲੈ ਸ਼ਾਂਤ ਪਰਮ ਪਰਮਤ ਹੈਰਾਨੋ ਹੈ, ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ ਪਹੁੰਚ ਨਾ ਸਕਿਓ ਤਹਾਂ ਜਹਾਂ ਵਹੇ ਜਾ। ਭਾਈ ਸਾਹਿਬ ਕਹਿੰਦੇ ਜਿੱਥੇ ਜਾਣਾ ਸੀ ਨਾ ਕਿੱਥੇ ਜਾਣਾ ਸੀ, ਸ਼ਬਦ ਮਰੋ ਫਿਰ ਜੀਵੋ ਸਾਤੇ ਤਾਂ ਫਿਰ ਮਰਨ ਨਾ ਹੋਏ। ਇੱਕ ਸਿਆਣਾ ਪੁਰਸ਼ ਨਾ ਉਹ ਆਇਆ ਤੇ ਤੇਲੀ ਦੇ ਟੱਕੇ ਦੇ ਕੋਲ ਖੜੋ ਗਿਆ, ਪੜ੍ਹਿਆ ਲਿਖਿਆ ਸੀ, ਵਕੀਲ ਸੀ, ਤੇ ਤੇਲੀ ਨੇ ਕੰਮ ਕੀਤਾ ਹੁੰਦਾ ਖੋਪੇ ਚਾੜੇ ਹੁੰਦੇ ਤੇ ਮਗਰੋਂ ਆਰ ਮਾਰ ਦਿੰਦਾ, ਹੁਣ ਟੱਗਾ ਸਾਰਾ ਦਿਨ ਟੁਰਦਾ ਆਪਣੇ ਆਪ ਟੁਰਦਾ, ਕੋਈ ਰੁਖਵਾਂ ਤੇ ਵੇਵੇ ਹੁੰਦਾ ਸੀ ਆਪਣੇ ਆਪ ਤੁਰਦਾ ਹੈ। ਉਹ ਸਿਆਣਾ ਪੁੱਛਦਾ ਯਾਰ ਤੂੰ ਢੱਗੇ ਨੂੰ ਬੜਾ ਸਿਖਾਇਆ ਹੋਇਆ, ਕਹਿੰਦਾ ਆਹੋ ਸਿਖਾਇਆ ਨਹੀਂ ਇਹਦਾ ਨਿਰਤਾ ਕੰਮ ਹੈ, ਕਹਿੰਦੇ ਤਾਂ ਵੀ ਆਂਦਾ ਤੂੰ ਅੰਦਰ ਕੰਮ ਕਰਨਾ ਹੈ ਤੇ ਜੇ ਖਲੋ ਜਾਏ ਤੈਨੂੰ ਪਤਾ ਕਿਵੇਂ ਲੱਗਦਾ, ਕਹਿੰਦਾ ਤੈਨੂੰ ਪਤਾ ਨਹੀਂ ਇਹਦੇ ਗਲ ਮੈਂ ਟੱਲੀ ਬੰਨੀ, ਜਦੋਂ ਟੱਲੀ ਦੀ ਆਵਾਜ਼ ਬੰਦ ਹੋ ਜਾਂਦੀ ਹੈ ਨਾ ਤੇ ਮੈਂ ਉਸੇ ਵੇਲੇ ਵੇਖ ਲਿਆ ਵੀ ਖਲੋ ਗਿਆ ਬੜਾ ਇਹ ਨਰਾਜੇ ਖਲੋ ਗਿਆ ਹੋਣਾ, ਮੈਂ ਆ ਕੇ ਫਿਰ ਆਰ ਮਾਰਨ ਫਿਰ ਕਿਉਂਕਿ ਅੱਛਾ ਉਹ ਪੜਿਆ ਸੀ ਆਖਣ ਲੱਗਾ ਵੀ ਜੇ ਤੇਰਾ ਟੱਗਾ ਨਾ ਟੁਰੇ ਤੇ ਖੜਿਆ ਹੀ ਆਲਿਆਂ ਨੀ ਕਰੀ ਜਾਏ ਸਿਰ ਲਾਈ ਤੇ ਫਿਰ ਕੀ ਕਰੇਗਾ, ਕਹਿੰਦੇ ਤੇਰੇ ਜੀ ਨਾ ਪੜਿਆ ਨੀ ਉਹ ਰਾਗ ਮੇਰੇ ਕੋਲ ਗੱਲ ਕਰ, ਕਹਿਣਗੇ ਉਹ ਜਾਣਦਾ ਟੱਗਾ ਵੀ ਮੈਂ ਸਵੇਰ ਦਾ ਤੁਰ ਰਿਹਾ। ਢੱਗੇ ਦੀ ਭਾਈ ਸਾਹਿਬ ਨੇ ਗੱਲ ਨੀ ਕੀਤੀ, ਬੰਦੇ ਦੀ ਗੱਲ ਕੀਤੀ, ਇਹ ਬੰਦਾ ਸਮਝਦਾ ਜਨਮ ਤੋਂ ਰਹਿ ਕੇ ਮੈਂ ਬੜਾ ਕੁਝ ਕੀਤਾ ਹੈ ਪਰ ਜਦੋਂ ਵੇਖਦਾ ਨਾ ਅਖੀਰ ਦੇ ਵੇਲੇ ਕਿਹੜਾ ਉੱਥੇ ਦਾ ਉੱਥੇ ਖੜਾ ਹਾਂ, ਪੱਲੇ ਕੱਖ ਨੀ ਗਿਆ, ਸ਼ਬਦ ਮਾਰੋ ਤੱਕ ਨੀ ਗਿਆ। ਕਹਿੰਦੇ ਕਿ ਉਹ ਢੱਗਾ ਤੁਰਿਆ ਤੇ ਸਹੀ, ਜਦੋਂ ਉਹਨੇ ਸ਼ਾਮ ਨੂੰ ਖੋਪੇ ਲਾਏ ਨਾ ਨੈਣ ਉਗਰ, ਜਦੋਂ ਉਹਦੀਆਂ ਅੱਖਾਂ ਉਗੜੀਆਂ ਵਹੀ ਠੌਰੀ ਠਿਕਾਨੋ ਹੈ, ਕੋਈ ਕੰਮ ਕੋਈ ਪੜਾਣਾ ਕੋਈ ਕੋਲੂ ਕੋਈ ਤੇਲੀ ਸਾਰਾ ਕੁਝ ਆ ਮਰ ਗਿਆ ਸਵੇਰ ਦਾ ਟੁੱਟ ਰੁੱਟ। ਹੁਣ ਦੂਜਾ ਧਿਆਨ ਵਿੱਚ ਰੱਖਿਆ ਜੇ ਉਦਾਹਰਨ ਜਿਹੜਾ ਭਾਈ ਸਾਹਿਬ ਨੇ ਦਿੱਤਾ, ਕਹਿਣ ਲੱਗੇ ਜੈਸੇ ਜੇਵਰੀ ਬਾਂਟ ਅੰਦਰੋ ਅਚਿੰਤ ਚਿੰਨ, ਕਹਿਣ ਲੱਗੇ ਇੱਕ ਬਾਪੂ ਸੀ ਘਰ ਦਾ ਤੇ ਬਾਪੂ ਨੂੰ ਆਖਾਂਗੇ ਘਰ ਦੇ ਬਾਪੂ ਤੇਰੀਆਂ ਅੱਖਾਂ ਕੋਈ ਨੀ ਚੱਲ ਵਾਣ ਤੇ ਵੱਟ ਹੀ ਲੈ ਗਏ ਨਾ ਮੁੰਜ ਦਾ, ਉਹ ਆਂਦਾ ਲਿਆਓ ਪੁੱਤਰੋ ਮੁੰਜ ਲਿਆ ਮੈਂ ਵੱਟ ਦਿਆਂਗਾ। ਹੁਣ ਉਹਨਾਂ ਨੇ ਹਰੀ ਹਰੀ ਮੁੰਜ ਲਿਆ ਦਿੱਤੀ ਕੁੱਟ ਕੇ ਉਹਨੂੰ ਦਿੱਤੀ, ਬਾਪੂ ਜਿਹੜਾ ਹੈ ਉਹ ਮੁੰਜ ਵੱਟੀ ਜਾ ਇਸ ਤਰ੍ਹਾਂ ਆਪਣਾ ਕਰੀ ਜਾ ਲਾ ਕੇ, ਤੇ ਪਿੱਛੇ ਉਹਨਾਂ ਦਾ ਹੀ ਬੱਚਾ ਖੁੱਲ ਕੇ ਨਾ ਆ ਕੇ ਪਿੱਛੇ ਮੰਜੀ ਦੇ ਖਲੋ ਗਿਆ। ਹੁਣ ਹਰੀ ਮੁੰਜ ਸੀ ਬੱਚਾ ਖਾਈ ਜਾ, ਨਾ ਕੋਈ ਬੱਚਾ ਸੀ ਨਾ ਬਾਪੂ ਅੰਨਾ ਸੀ। ਗੱਲ ਇਹ ਹੈ ਕਿ ਇਹ ਬੰਦਾ ਕਹਿੰਦਾ ਮੈਂ ਧਰਮ ਦੇ ਕਰਮ ਇੰਨੇ ਕੀਤੇ ਨੇ ਤੇ ਪਿੱਛੇ ਦਾ ਆਪਣਾ ਬੱਚਾ ਖੜਾ ਹੋਇਆ ਉਹ ਕਿਹੜਾ ਮੈਂ ਕੀਤੇ, ਮੈਂ ਗਿਆ ਦਰਬਾਰ ਸਾਹਿਬ, ਮੈਂ ਗਿਆ ਹਜ਼ੂਰ ਸਾਹਿਬ, ਮੈਂ ਪਾਠ ਕਰਾਇਆ, ਮੈਂ ਇੰਨਾ ਸਿਮਰਨ ਕੀਤਾ, ਉਹ ਮੈਂ ਜਿਹੜੀ ਹੈ ਨਾ ਮੈਂ ਦਾ
ਮੇਰਾ ਬੱਚਾ ਪਿੱਛੋਂ ਖਾਈ ਜਾਂਦਾ। ਜੈਸੇ ਜੇਵਰੀ ਬਾਂਟ ਅੰਦਰੋ ਬਚਿੰਤ ਚਿੰਤ ਖਾਤ ਜਾਤ ਬਚਰੋ ਡਟੋਰੇ ਪਛਤਾਨੋ ਹੈ। ਜਦੋਂ ਸ਼ਾਮ ਨੂੰ ਉਹ ਬਾਬਾ ਵੜਨ ਲੱਗਾ ਨਾ ਮੁੰਜ ਆਪਣੀ ਅਰਕ ਦੇ ਪਿੰਨਾ ਬਣਾਉਣ ਲੱਗਾ ਤੇ ਵੇਂਦਾ ਕੱਖ ਵੀ ਨੀ ਹੈ, ਇਹ ਕੀ ਹੋਇਆ, ਕਿੱਧਰ ਗਿਆ? ਆਖਣਗੇ ਬਾਪੂ ਤੇਰਾ ਹੀ ਬੱਚਾ ਖਾ ਗਿਆ। ਤੀਜਾ ਉਦਾਹਰਣ ਦਿੱਤਾ, ਜੈਸੇ ਮਿਰਗ ਤ੍ਰਿਸ਼ਨਾ ਨੂੰ ਧਾਰੇ ਮਿਰਗ ਤਿਰਕਾਵੰਤ ਆਵਤ ਨੇ ਸ਼ਾਂਤ ਪਰਮ ਪਰਮਤ ਹੈਰਾਨੋ ਹੈ। ਕਹਿਣਗੇ ਇੱਕ ਹਰਨ ਨੂੰ ਰਾਜਸਥਾਨ ਦੇ ਵਿੱਚ ਪਿਆਸ ਲੱਗੀ ਤੇ ਦੌੜਿਆ, ਕਿਉਂਕਿ ਅਰਦਾਸ ਵਾਸਤੇ ਪਿਆਸ ਬੜੀ ਜ਼ਰੂਰੀ ਹੈ। ਪਿਆਸ ਜਦੋਂ ਲੱਗਦੀ ਹੈ ਫਿਰ ਬੰਦਾ ਕਰਦਾ, ਫਿਰ ਪ੍ਰਯਾਸ ਕਰਦਾ, ਮਿਹਨਤ ਕਰਦਾ, ਪ੍ਰਯਾਸ ਕਰੇਗਾ ਨਾ ਜਦੋਂ, ਤੇ ਪ੍ਰਯਾਸ ਤੋਂ ਬਾਅਦ ਇਹਨੂੰ ਇੱਕ ਪ੍ਰਤੀਕਸ਼ਾ ਕਰਨੀ ਪੈਗੀ, ਵੇਟ ਕਰਨੀ ਪੈਗੀ, ਤੇ ਫਿਰ ਇਹ ਕਰੇਗਾ, ਫਿਰ ਪ੍ਰਾਰਥਨਾ ਜਿਹੜੀ ਹੈ ਨਾ ਇਹਦੀ ਸਫਲ ਹੋ ਗਈ। ਕਹਿੰਦੇ ਦੌੜਿਆ ਤੇ ਸਹੀ ਹਰਨ, ਹਰਨ ਦੂਰੋਂ ਵਹਿੰਦਾ ਪਿਓ ਰੇ ਤੇ, ਕਹਿਣਗੇ ਉਹ ਭੱਜ ਭੱਜ ਕੇ ਉਹਦੇ ਪ੍ਰਾਣ ਨਿਕਲ ਗਏ ਪਰ ਉਹਨੂੰ ਪਾਣੀ ਨਹੀਂ ਮਿਲਿਆ। ਐਨ ਇਸੇ ਤਰ੍ਹਾਂ ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਸਾਡੀ ਵੀ ਇੱਥੇ ਇਸੇ ਤਰ੍ਹਾਂ ਇਹ ਸੁਪਨੇ ਵਾਂਗੂ ਇਸ ਦੇਸ਼ ਦੇ ਵਿੱਚ ਸਾਡੀ ਉਮਰ ਨਿਕਲ ਗਈ ਹੈ। ਕਿਵੇਂ ਗਈ? ਕੁਛ ਸੋਤੇ ਮੈਂ ਕੱਟ ਗਈ, ਕੁਛ ਰੋਤੇ ਮੈਂ ਕੱਟ ਗਈ, ਕੁਛ ਰਾਹੋਂ ਮੈਂ ਕੱਟ ਗਈ, ਕੁਛ ਆਹੋਂ ਮੈਂ ਕੱਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਸਤਾ ਬਦਲਨੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਕਹਿਣਗੇ ਐਵੇਂ ਇਹਦਾ ਜੀਵਨ ਗੁਜ਼ਰ ਗਿਆ। ਬਾਬਾ ਜੀ ਕਹਿ ਰਹੇ ਨੇ, ਬਾਬਾ ਫਰੀਦ ਜੀ ਕਹਿੰਦੇ ਜੀਵਨ ਗੁਜ਼ਰਿਆ ਕਿਵੇਂ? ਫਰੀਦਾ ਚਾਰ ਗਵਾਇਆ ਹੰਡ ਕੇ ਭੱਜ ਦੌੜ ਅੰਦਰ, ਚਾਰ ਗਵਾਇਆ ਸੰਮ, ਚਾਰ ਸੌ ਕੇ ਗਵਾ ਲਿਆ, ਦੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ, ਤੈਨੂੰ ਕਿਹੜੇ ਕੰਮ ਕਰਿਆ ਸੀ, ਕੰਮ ਅਧੂਰਾ ਰਹਿ ਗਿਆ, ਕੰਮ ਸੀ ਇਹ ਸ਼ਬਦ ਮਰੋ ਫਿਰ ਜੀਵੋ ਸਾਡੀ ਤਾਂ ਫਿਰ ਮਰਨ ਨਾ ਹੋਈ। ਕੌਣ ਮੁਲਾ ਕੌਣ ਵਾਰਸੀ, ਕੌਣ ਆਵੇ ਕੌਣ ਜਾਏ, ਕੌਣ ਰਹੀ ਸੀ ਨਾਨਕਾ ਕਿਸ਼ਤੀ ਸੁਰਤ ਸਮਾਰੇ। ਤੀਜੇ ਪਾਤਸ਼ਾਹ ਨੇ ਦੱਸਿਆ, ਮੈਂ ਮਾਰਿਆ ਕੌਣ ਵਹੇ ਦਰਿਆਓ, ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰੱਤਾ ਨਾਏ, ਨੋਏ ਨਾ ਰੱਤੇ ਨੋਏ ਕੰਨੀ ਸੁਰ ਸਮਾਏ, ਜੀਵ ਰਸਾਇਣ ਚੁੰਨੜੀ ਰੱਤੀ ਰਲ ਲਵਾਏ, ਅੰਦਰ ਮੁਸ਼ਕ ਭੁੱਲਿਆ ਕੀਮਤ ਕਹੀ ਨਾ ਜਾਏ। ਇਹਨੇ ਇਹ ਰੰਗ ਲੱਗ ਗਿਆ ਇਹਨੂੰ, ਪਤਾ ਨੀ ਮਰਿਆ ਕੌਣ ਸੱਚ ਜੇ। ਇਹਦੇ ਬਾਰੇ ਨੀ ਮੈਨੂੰ ਗੱਲ ਯਾਦ ਆਈ, ਬਾਬਾ ਜੀ ਅਕਸਰ ਕਹਿੰਦੇ ਨੇ ਪੁੱਛੋ ਨਾ ਕਿਸ ਤਰ੍ਹਾਂ ਸੇ ਕੋਈ ਸ਼ਖਸ ਮਰ ਗਿਆ, ਦੇਖੋ ਕੋਈ ਕੈਸੀ ਉਹ ਕਰਕੇ ਮਸਰ ਗਿਆ, ਕਿਸ ਕਦਰ ਪੁੱਛੋ ਨਾ ਉਸਕੇ ਮਜ਼ਹਬ ਔਰ ਮਿਲਤ ਕਾ ਨਾਮ ਵੀ, ਦੇਖੋ ਕਿ ਬੇਕਸੂ ਕੇ ਆਇਆ ਵੋ ਕਾਮ ਵੀ, ਪੁੱਛੋ ਨਾ ਕਿਆ ਉਸਕਾ ਨੋਟ ਅਖਬਾਰ ਮੇਂ ਛਪਾ, ਇਹ ਨਾ ਪੁੱਛਿਓ ਜੇ ਕੀ ਪੁੱਛੀਏ, ਦੇਖੋ ਕਿ ਉਸਦੀ ਕਿਫਤ ਪਾਇਆ ਮਨ ਮੇਰਿਆ ਤੂੰ ਜਰਾ ਰੋ ਹਰਨਾਲੇ।
ਹਰ ਨਾਲ ਰਹੁ ਤੂੰ ਮਨ ਮੇਰੇ ਤੂੰ ਸਭ ਵਿਚਾਰਨਾ ਤੁਮੀ ਕਾਰ ਕਰ ਤੇਰਾ ਕਰ ਸਭ ਜਵਾਰਨਾ ਸਭ ਨਾਂਗਲਾਂ ਸਭ ਰਤ ਮਾਮੀ ਸੁਖ ਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਤਰਾ ਰਹੁ ਹਰ ਨਾਲ ਸਾਚੇ ਸਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਜੈ ਜਿਸ ਤੂੰ ਪਾਵੇ ਸਦਾ ਸਿਫਤ ਲਾ ਤੇਰੀ ਨਾ ਮਨ ਮਸਾਵੇ ਨਾਮ ਦਿਨ ਕੇ ਮਨ ਮੱਥਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਰਾਦਾਰੋ ਸੱਚ ਨਾਮਦਾਰ ਮੇਰਾ ਦਿਨ ਭੁੱਖਾ ਸਭ ਗਵਾਈਆਂ ਕਰ ਸੰਤ ਮਨੇ ਮਿੱਥਿਆ ਜਨਤਾ ਸਭ ਭਜਾਈਆਂ ਸਦਾ ਕਿਰਪਾਨ ਕੀਤਾ ਗਿਰ ਵਿੱਟੋ ਜੇ ਦੀਆਂ ਵੱਡਿਆਂ ਲਾ ਕੇ ਕਰ ਸਲਾ ਕੇ ਸ਼ਬਦ ਬਾਜੇ ਕਲਾ ਦਿਨ ਕਰਤਾ ਰੀਆਂ ਪੰਚ ਦੁਗਟ ਵਰਤ ਕੀਤੇ ਕਾਲ ਖੰਡ ਕੁਮਾਰਿਆ ਤੁਰ ਕਰਮ ਕੋਥੇ ਨਾਮ ਹਰ ਕੇ ਲਾਗੇ ਵਸੂਰ ਦੁਖ ਰੋਗ ਸੰਤਾਵੇ ਉਤਰੇ ਸੁਣੀ ਸਤੀ ਬਾਣੀ ਸੰਤ ਸਾਜਨ ਪੈ ਸਰਦੇ ਸੁਣਦੇ ਪਨੀਤ ਕਰਦੇ ਪਵਿੱਤਰ ਸਤਿਗੁਰ ਲਿਆ ਭਰਪੂਰ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂੰ ਸੁਣਦੇ ਪਨੀਤ ਕਰਦੇ ਪਵਿੱਤਰ ਸਤਿਗੁਰ ਲਿਆ ਭਰਪੂਰ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂੰ ਪਵਣ ਕਰੋ ਪਾਣੀ ਮਿਲਾ ਮਾਤਾ ਦਰਦ ਮਾਤ ਦਿਵਸ ਰਾਤ ਦਾਈ ਦਾਇਆ ਕਰਮੀਆਂ ਕੋ ਆਪਣੇ ਕਨੜ ਕੇ ਦੂਰ ਜਿਨੀ ਨਾਮ ਤਿਆਰਿਆ ਜੈ ਮਸਕਤ ਕਾਲ ਨਾਨਕ ਦੇ ਮੁਖ ਚਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤਿਆਰਿਆ ਗਏ ਮਸਕਤ ਕਾਲ ਨਾਨਕ ਦੇ ਮੁਖ ਚਲੇ ਕੀਤੀ ਛੁੱਟੀ ਨਾਲ ਤੁਮਤੇ ਹੋਏ ਸੋ ਅੰਗ ਅਕਾਰੇ ਤੁਮਰੇ ਦਾਤ ਮਿਤ ਤੁਮਹੀ ਜਾ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਤਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਆ ਕਰ ਨੌਨ ਦਿਆਵੈ ਭਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਕੇ ਵਾਲੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹ ਪਾਵਨ ਪੁੱਤਰ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਸਾਹਿਬ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸ਼ਹੀਦਾਂ ਮੁਰੀਦਾਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਤਰ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ
ਇਹਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਖਾਲਸਾ ਸਾਹਿਬ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮੋ ਜੀ ਕਾ ਧਿਆਨ ਕਰਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਹੈ, ਜਿਤ ਆਵਨ ਕਸਤ ਕਸਤ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਦੇ ਪ੍ਰਤੀਬੁੱਧ ਕੀ ਹੈ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ, ਸਿੱਖਾਂ ਨੂੰ ਸੁਖੀ ਦਾਨ, ਕੇਸ ਦਾਨ, ਬ੍ਰਹਿ ਦਾਨ, ਵਿਵੇਕ ਦਾਨ, ਸਾਧਾਨ ਤੋਂ ਸਾਧਾਨ, ਲਾਲਾ ਸਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ, ਆਪ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਤੇ ਸਦਾ ਸਹਾਇ ਦਾਤਾਰ ਜੀਓ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਪਵਿੱਤਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਨੂੰ ਬਖਸ਼ ਕੇ ਨਿਵਾਜੋ ਜੀ, ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓ ਦੂਰੀ ਬਣਵਾ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਚਰਨਾਂ ਵਿੱਚ ਨਿਮਰ ਬੇਨਤੀ ਜੋਗਰੀ ਅਰਦਾਸ ਗੁਰੀ ਬਨਵਾਦ ਜੀਓ, ਆਪ ਜੀ ਦੇ ਹੁਕਮ ਹਨ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਸੱਚੇ ਪਾਤਸ਼ਾਹ ਜੀ, ਜਿਹਾ ਖੀਰੀ ਲਿਖਿਆ ਤੇਰੇ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸਤੇ ਜਾਏ ਨਿਮਾਂ ਬੋਲਾਂ ਦੇ ਅਨੁਸਾਰ, ਆਪ ਜੀ ਦੇ ਘਰ ਦੇ ਪ੍ਰੀਤਵਾਰ ਭਾਈ ਸਰਦਾਰ ਗੁਰਦਿਆਲ ਸਿੰਘ ਜੀ, ਆਪ ਜੀ ਪਾਸੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਲੈ ਕੇ ਮਾਤ ਲੋਕ ਵਿੱਚ ਆਏ, ਸਵਾਸਾਂ ਦੇ ਪੂੰਜੀ ਨੂੰ ਭੋਗਦਿਆਂ ਖਰਚਦਿਆਂ ਆਪ ਜੀ ਦੇ ਹੁਕਮ ਸਦੇ ਦਾ ਸਦਕਾ ਹੀ ਇਸ ਮਾਤ ਲੋਕ ਤੋਂ ਪਿਛਲੇ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਸੱਚੇ ਪਾਤਸ਼ਾਹ ਜੀ, ਪਿੱਛੇ ਪਰਿਵਾਰ ਨੇ ਉਹਨਾਂ ਦੀ ਰੂਹ ਕਲਿਆਣਤਾ ਵਾਸਤੇ, ਆਤਮਿਕ ਭਲੇ ਵਾਸਤੇ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਟੇਕ ਲਈ ਹੈ, ਉਸੇ ਪਰਿਵਾਰ ਵੱਲੋਂ ਸ੍ਰੀ ਅੰਮ੍ਰਿਤਮਈ ਬਾਣੀ ਜੀ ਦੇ ਅਖੰਡ ਪਾਠ ਸਾਹਿਬ ਕੁਰਾਨ ਤੋਂ ਬਾਅਦ ਅੰਮ੍ਰਿਤਮਈ ਬਾਣੀ ਦੇ ਨਾਲ ਸਮੂਹ ਸੰਗਤ ਨੂੰ ਨਵਾਜਿਆ, ਧੰਨਵਾਦ ਹੈ ਸਤਿਗੁਰੂ ਜੀਓ, ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦਰੀ ਆਪਦੀ ਦਰ ਤੇ ਦਾਤਾ, ਕਿਰਪਾ ਕਰਨਾ ਜੀਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨ ਸੰਗਤ ਇਹੀ ਦੀ ਬਖਸ਼ਿਸ਼ ਦੇ ਨਾਲ ਸੇਵਕ ਨੂੰ ਨਵਾਜ ਲੈਣਾ ਜੀਓ, ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਜਲ ਬਹੁਰ ਨਾ ਭੋਜਲ ਫੇਰਾ ਦੇ ਮਾਵਾ ਕੰਮ ਸਾਥ, ਸਰਦਾਰ ਗੁਰਦਾਸ ਸਿੰਘ ਜੀ ਦੀ ਆਤਮਾ ਨੂੰ ਸਦੀਵੀ ਆਪਣੇ ਚਰਨਾਂ 'ਚ ਨਿਵਾਸ ਬਖਸ਼ ਕੇ ਕਿਰਤਾਰਥ ਕਰਨਾ, ਆਵਾਗਾਉਣ ਦੇ ਗੇੜ ਤੋਂ ਪਟ ਬਚਾਉਣਾ ਜੀਓ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਧ ਬੁੱਧੀ ਬਖਸ਼ ਕੇ ਪ੍ਰੇਰਣਾ ਦੇ ਕੇ ਨਿਵਾਜ ਲੈਣਾ, ਚੜ੍ਹਦੀ ਕਲਾ ਵਾਲਾ ਜੀਵਨ, ਪਿੱਛੇ ਪਰਿਵਾਰ ਸੁੱਖ ਸ਼ਾਂਤੀ ਆਪਣੀ ਬਖਸ਼ਿਸ਼ ਰਹਿਮਤ ਦੇ ਨਾਲ ਸਮੂਹ ਪਰਿਵਾਰ ਨੂੰ ਖੁਸ਼ੀਆਂ ਦੇ ਨਾਲ ਨਵਾਜਣਾ ਜੀਓ, ਪਾਣੇ ਵਿੱਚ ਰਾਜੀ ਰਹਿਣ ਦੀ ਆਪ ਜੀ ਨੇ ਸ਼ਕਤੀ ਤਾਕਤ ਬਖਸ਼ਣੀ ਦੀ ਨਿਵਾਜ ਜੀਓ, ਬੇਅੰਤ ਸਰਾਲਿਆ ਹੈ ਸਮੂਹ ਸੰਗਤ ਦੀ ਹਾਜ਼ਰੀ, ਤਿਲਪੁਰ ਭੇਟਾ ਪ੍ਰਵਾਨ ਕਰਨੀ, ਦਾਰਿਆਂ ਦੀ ਪੱਤ ਰੱਖਣੀ, ਸਮੂਹ ਸੰਗਤ ਦੀ ਹਾਜ਼ਰੀ ਬੇਨਤੀ ਦਰ ਤੇ ਪ੍ਰਵਾਨ ਕਰਨੀ, ਸਤਿਗੁਰੂ ਜੀਓ ਹੇ ਗਰੀਬ ਨਵਾਜ, ਕਿਰਪਾ ਕਰਨਾ ਆਪਣੇ ਸੇਵਕ ਨੂੰ ਸਦੀਵੀ ਆਪਣਾ ਨਿਵਾਸ, ਚਰਨਾਂ ਦਾ ਨਿਵਾਸ ਬਖਸ਼ ਕੇ ਕਿਰਤਾਰਥ ਕਰਨਾ, ਪਰਿਵਾਰ ਵੱਲੋਂ ਕੀਤੀ ਤਨ ਮਨ ਧਨ ਕਰਕੇ ਸੇਵਾ ਦਰ ਤੇ ਪ੍ਰਵਾਨ ਕਰਨੀ, ਸਹਾਈ ਹੋਣਾ ਸੱਚੇ ਪਾਤਸ਼ਾਹ ਜੀਓ, ਆਪ ਜੀ ਦਾ ਆਸਰਾ ਹੈ, ਟੇਕ ਹੈ ਗਰੀਬ ਨਵਾਜ,
ਦਲਿਤ ਸੰਗਤਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਸਮੂਹ ਸੰਗਤ ਦੀ ਦਿਸ਼ਾ ਵਿੱਚ ਚੜ੍ਹਦੀ ਕਲਾ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਸਤਿਗੁਰੂ ਕਿਰਪਾ ਕਰਨਾ ਕਾਰਜਾਂ ਵਿੱਚ ਸਫਲਤਾ ਬਖਸ਼ ਕੇ ਚੜ੍ਹਦੀ ਕਲਾ ਕਰਕੇ ਸੇਵਕ ਤੋਂ ਲਵਾਜ ਲੈਣਾ ਜੀਓ। ਦਲਿਤ ਸੰਗਤਾਂ ਨੇ ਗੁਪਤ ਅਰਦਾਸਾਂ ਬੇਨਤੀਆਂ ਕੀਤੀਆਂ ਇੱਧਰ ਤੇ ਪ੍ਰਵਾਨ ਕਰਨੀਆਂ ਹੇ ਗਰੀਬ ਲਵਾਜ ਜੀਓ। ਆਪ ਜੀ ਦੇ ਬਖਸ਼ੇ ਅੰਮ੍ਰਿਤ ਰੂਪੀ ਭੰਡਾਰਿਆਂ ਚੋਂ ਇਸ ਪਰਿਵਾਰ ਵੱਲੋਂ ਪੰਚਾਂ ਵਿੱਚ ਕਲਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਗੁਰੂ ਕੇ ਲੰਗਰ ਲੰਗਰ ਸੰਗਤਾਂ ਦੇ ਰਸਮੀ ਲੈ ਕੇ ਹੋਵੇ ਜੋ ਛਕੇ ਅੱਠੇ ਪੈਰ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਗਰੀਬ ਨਵਾਜ ਕਿਰਪਾ ਕਰੋ, ਆਪਣਾ ਮੁਬਾਰਕ ਹੁਕਮ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਨਵਾਜੋ, ਖੁਸ਼ੀਆਂ ਦਿਓ ਜੀ। ਪਰਿਵਾਰ ਤੇ ਆਪਣੀ ਮਿਹਰ ਦ੍ਰਿਸ਼ਟੀ ਨਾਲ ਨਦਰੀ ਨਦਰ ਨਿਹਾਲ ਵਾਲੀ ਦਇਆ ਕਰਕੇ ਨਵਾਜ ਲੈਣਾ ਜੀਓ। ਸਮੂਹ ਬੇਨਤੀਆਂ ਅਰਦਾਸਾਂ ਪ੍ਰਵਾਨ ਕਰਨੀਆਂ ਸੇਵਾ ਪਰਿਵਾਰ ਵੱਲੋਂ ਪ੍ਰਵਾਨ ਕਰਨੀ ਸੁੱਖ ਹੋਵੇ। ਸਤਿਗੁਰੂ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਾਈ ਖਾਲਸਾ ਆਕੀ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ। ਜੈ ਸ੍ਰੀ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਰਗੁਰ ਪ੍ਰਸਾਦ। ਕੋਈ ਜਨ ਕਮਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਮਿਲ ਪੂਜੇ ਤਾਗੀ ਨਿਰਮਲ ਰੇਤ। ਕੋਈ ਜਨ ਕਮਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਮਿਲ ਪੂਜੇ ਤਾਗੀ ਨਿਰਮਲ ਰੇਤ। ਮਾਤ ਪਿਤਾ ਪੰਤਾ ਸੁਤ ਬੰਧਪ ਇੱਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸਹਿਯੋਗੀ ਅੰਤਰੇ ਕੋ ਨਾ ਸਾਈ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਹਾ ਕਰਤ ਬਿਹਾਨੀ ਅਵਦੇ ਤਾਂ ਮੈਂ ਸੰਤੋਖ ਨਾ ਪਾਇਆ। ਹਰਤ ਰਾਤ ਅਸਮ ਪਾਉਂਦੇ ਤਣੀ ਪੂਰ ਤਿਤਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਏ ਊੜ ਸਦਾਇਓ ਨੰਗਾ। ਹਰ ਕੇ ਸੰਤ ਬਿਰ ਪ੍ਰੀਤ ਮਰਵਾਬ ਕੇ ਤਾਗੇ ਹਰ ਹਰ ਗਾਈਏ, ਨਾਨਕ ਕੀਆਂ ਸੁਖ ਆਗੇ ਮੁਖ ਪੂਜਨ, ਸੰਗ ਸੰਤਨ ਕੇ ਪਾਈਏ। ਹਰ ਕੇ ਸੰਤ ਬਿਰ ਪ੍ਰੀਤਮ ਪ੍ਰਭ ਕੇ ਤਾਗੇ ਹਰ ਹਰ ਗਾਈਏ, ਨਾਨਕ ਕੀਆਂ ਸੁਖ ਆਗੇ ਮੁਖ ਪੂਜਨ, ਸੰਗ ਸੰਤਨ ਕੇ ਪਾਈਏ।
ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦਿਆਲ ਸਿੰਘ ਜੀ ਤਹਿਸੀਲਦਾਰ ਸਾਹਿਬ ਅੱਜ ਸਾਨੂੰ ਸਮੁੱਚੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਸੱਜਣਾ ਮਿੱਤਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਇਸ ਮੌਤ 'ਤੇ ਮੈਂ ਸਮਝਦਾ ਜਿਸ ਤਰ੍ਹਾਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਸਮਾਜ ਨੂੰ ਉਹਨਾਂ ਦੇ ਮਹਿਕਮੇ ਨੂੰ ਜਿੱਥੇ ਉਹ ਲੰਮਾ ਸਮਾਂ ਨੌਕਰੀ ਕਰਦੇ ਰਹੇ ਤਰ੍ਹਾਂ ਤਰ੍ਹਾਂ ਦੀਆਂ ਜਾਣਕਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਆਪਣੀਆਂ ਸਿਆਣਪਾਂ ਦੇ ਨਾਲ ਆਪਣੇ ਤਜਰਬਿਆਂ 'ਚੋਂ ਜੋ ਗੱਲਾਂ ਸਾਂਝੀਆਂ ਕਰਦੇ ਰਹੇ ਸਮੁੱਚੇ ਸਮਾਜ ਨੂੰ ਡਿਪਾਰਟਮੈਂਟ ਨੂੰ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਦਾਸ ਨੂੰ ਹੁਕਮ ਹੋਇਆ ਪਰਿਵਾਰ ਵੱਲੋਂ ਡਾਕਟਰ ਸਾਹਿਬ ਬੈਠੇ ਹੈ ਸਰਦਾਰ ਸੁਖਵੰਤ ਸਿੰਘ ਜੀ ਚਾਚਾ ਜੀ ਰਘਵੰਤ ਸਿੰਘ ਜੀ ਸਰਦਾਰ ਬਲਜਿੰਦਰ ਸਿੰਘ ਜੀ ਡਾਕਟਰ ਸਾਹਿਬ ਸਾਰੇ ਸਮੁੱਚੇ ਪਰਿਵਾਰ ਵੱਲੋਂ ਤੁਸੀਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ ਗੁਰੂ ਮਹਾਰਾਜ ਦੀ ਬਾਣੀ ਦਾ ਕੀਰਤਨ ਪ੍ਰਵਾਹ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹੈ ਤੁਸੀਂ ਸਮੁੱਚੀਆਂ ਸੰਗਤਾਂ ਨੇ ਹਾਜ਼ਰ ਹੋ ਕੇ ਅੰਤਮ ਅਰਦਾਸ ਦੇ ਵਿੱਚ ਉਹਨਾਂ ਦੇ ਸਵਰਗਾਂ 'ਚ ਵਾਸੇ ਲਈ ਆਪੋ ਆਪਣੀਆਂ ਅਰਦਾਸ ਬੇਨਤੀਆਂ ਕੀਤੀਆਂ ਸੋ ਇਸ ਮੌਕੇ 'ਤੇ ਜਿੱਥੇ ਤੁਸੀਂ ਸਾਰੇ ਸਮੂਹ ਸੰਗਤ ਜੀ ਜੁੜ ਬੈਠੇ ਹੋ ਉੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਲਈ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਰਾਜਨੀਤਿਕ ਸ਼ਖਸੀਅਤਾਂ ਸਾਡੇ ਡਾਕਟਰ ਸਾਹਿਬ ਦੇ ਡਿਪਾਰਟਮੈਂਟ ਦੇ ਵਿੱਚੋਂ ਔਰ ਪਿੰਡ ਵਾਸੀਆਂ ਦੇ ਵਿੱਚੋਂ ਬਹੁਤ ਸਾਰੇ ਸਤਿਕਾਰਯੋਗ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੀਆਂ ਸ਼ਖਸੀਅਤਾਂ ਬੈਠੀਆਂ ਨੇ ਸੋ ਸਮੇਂ ਦੀ ਨੂੰ ਮੁੱਖ ਰੱਖਦਿਆਂ ਹਰੇਕ ਨੂੰ ਇੱਥੇ ਬੁਲਾਇਆ ਨਹੀਂ ਜਾ ਸਕੇਗਾ ਸੋ ਤਹਿਸੀਲਦਾਰ ਸਾਹਿਬ ਤੁਸੀਂ ਸਾਰੇ ਉਹਨਾਂ ਨੂੰ ਵਿਛੜੇ ਹੋ ਉਹਨਾਂ ਨੂੰ ਮਿਲੇ ਹੋ ਪਰਿਵਾਰ ਬੈਠਾ ਹੈ ਸਕੇ ਸੰਬੰਧੀ ਬੈਠੇ ਹੈ ਮੈਂ ਸਮਝਦਾ ਕਿ ਤਹਿਸੀਲਦਾਰ ਸਾਹਿਬ ਦਾ ਜੀਵਨ ਇੱਕ ਕਿਤਾਬ ਲਿਖਣੀ ਚਾਹੋ ਤੇ ਲਿਖੀ ਜਾ ਸਕਦੀ ਹੈ ਬਹੁਤ ਲੰਮੇ ਸਮੇਂ ਤੋਂ ਜਿੱਥੇ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ ਜ਼ਿੰਦਗੀ ਦੇ ਦੌਰਾਨ ਮਿਹਨਤ ਕੀਤੀ ਆਪਣੀ ਨੌਕਰੀ ਪੰਚਾਇਤ ਵਿਭਾਗ ਦੇ ਵਿੱਚ ਪਟਵਾਰੀ ਤੋਂ ਸ਼ੁਰੂ ਕਰਕੇ ਮੈਂ ਸਮਝਦਾ ਗੁਰਦੌਰ ਕਾਨੂੰਗੋ ਨਾਇਬ ਤਹਿਸੀਲਦਾਰ ਤਹਿਸੀਲਦਾਰ ਤੱਕ ਦਾ ਸਫ਼ਰ ਉਹਨਾਂ ਨੇ ਆਪਣੇ ਡਿਊਟੀ 'ਤੇ ਰਹਿੰਦਿਆਂ ਹਰੇਕ ਲੋੜਵੰਦ ਦੀ ਮਦਦ ਵੀ ਕੀਤੀ ਹੈ ਹਰੇਕ ਦੀ ਬਾਂਹ ਫੜੀ ਜਿੱਥੇ ਜਿੱਥੇ ਕਿਸੇ ਨੂੰ ਲੋੜ ਪਈ ਹਰੇਕ ਦੀ ਬਾਂਹ ਫੜਦਿਆਂ ਉਹਨਾਂ ਨੇ ਉਹਦਾ ਕੰਮ ਸਵਾਰਨ ਦੀ ਕੋਸ਼ਿਸ਼ ਕੀਤੀ ਅਸੀਂ ਵੇਖਦੇ ਰਹੇ ਹਾਂ ਜਿੱਥੇ ਉਹਨਾਂ ਨੇ ਆਪਣੀ ਨੌਕਰੀ ਦੇ ਦੌਰਾਨ ਹਰੇਕ ਦੀ ਸੇਵਾ ਕੀਤੀ ਹਰੇਕ ਦੇ ਕੰਮ ਆਏ ਉੱਥੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਸਾਡਾ ਅਕਸਰ ਉਹਨਾਂ ਦੇ ਨਾਲ ਮੇਲ ਮਿਲਾਪ ਪਿੰਡ ਪੱਧਰ 'ਤੇ ਹੁੰਦਾ ਰਹਿੰਦਾ ਸੀਗਾ ਉਹਨਾਂ ਕੋਲ ਚੰਗੀਆਂ ਸਿੱਖਿਆਵਾਂ ਚੰਗੇ ਤਜਰਬੇ ਚੰਗੇ ਗੁਣ ਚੰਗੀਆਂ ਗੱਲਾਂ ਹਮੇਸ਼ਾ ਸਿੱਖਦੇ ਰਹਿੰਦੇ ਸੀਗਾ ਸੋ ਵੇਖੀਦਾ ਇਹ ਸੀਗਾ ਕਿ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਜਦੋਂ ਆਉਣਾ ਘਰ ਕਿਤੇ ਦਫ਼ਤਰ ਮਿਲਣਾ ਨਾਲੇ ਮਿਲਣਾ ਸੇਵਾ ਮੁਕਤੀ ਤੋਂ ਬਾਅਦ ਵੀ ਇੰਨਾ ਮਾਣ ਸੀਗਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਕਿ ਬਹੁਤ ਸਾਰੇ ਮੈਂ ਵੇਖਿਆ ਕਿ ਮਹਿਕਮੇ ਦੇ ਵਿੱਚ ਤਹਿਸੀਲਦਾਰ ਨਵੇਂ ਵੀ ਆਉਣੇ ਕਈ ਤਰ੍ਹਾਂ ਦੇ ਅਧਿਕਾਰੀ ਆਉਣੇ ਪਰ ਫਿਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਉਹਨਾਂ ਕੋਈ ਇੱਥੇ ਚੁਬਾਰੇ ਦੇ ਉੱਤੇ ਪੁੱਛਣ ਲਈ ਮੈਂ ਸਮਝਦਾ ਕਿ ਮਹਿਕਮੇ ਦੇ ਜਿਹੜੇ ਅਧਿਕਾਰੀ ਹੈ ਉਹ ਲਗਾਤਾਰ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਦੇ ਸੀ ਕਿਉਂਕਿ ਉਹਨਾਂ ਨੂੰ ਗਿਆਨ ਸੀ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਸੀਗਾ ਬੇਸ਼ੱਕ ਨਵੇਂ ਅਧਿਕਾਰੀ ਉਹਨਾਂ ਤੋਂ ਪਿੱਛੇ ਆਉਂਦੇ ਰਹੇ ਪਰ ਬਹੁਤ ਸਾਰੀਆਂ ਗੱਲਾਂ ਉਹਨਾਂ ਕੋਲ ਸਿੱਖਦੇ ਰਹੇ ਅਸੀਂ ਆਪਣੇ ਆਪ ਵੇਖਦੇ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ
ਤੁਸੀਂ ਹਰੇਕ ਉਹਨਾਂ ਨੂੰ ਮਿਲੇ ਹੋ, ਉਹਨਾਂ ਦੇ ਨਾਲ ਆਪਣਾ ਜੀਵਨ ਬਿਤਾਇਆ, ਉਹਨਾਂ ਦੇ ਜੀਵਨ ਬਾਰੇ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਦੇ ਮਿਹਨਤੀ, ਕਿਸ ਤਰ੍ਹਾਂ ਦੇ ਚੰਗੇ ਸੁਭਾਅ ਵਾਲੇ, ਚੰਗੀਆਂ ਸਿੱਖਿਆਵਾਂ ਵਾਲੇ, ਹਰੇਕ ਦੇ ਕੰਮ ਆਉਣ ਵਾਲੇ, ਆਪਣੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਪਾਲਿਆ, ਚੰਗੇ ਥਾਵਾਂ ਦੇ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦੇ ਕੇ ਹਰੇ ਸਮਾਜ ਦੇ ਵਿੱਚ ਵਿਚਰਨ ਦੇ ਯੋਗ ਬਣਾਇਆ, ਜਿੱਥੇ ਉਹਨਾਂ ਰਾਜਨੀਤਿਕ ਤੌਰ ਤੇ ਵੀ ਜਿੱਥੇ ਆਪਣੇ ਵਿਭਾਗ ਦੇ ਵਿੱਚ ਰਹੇ ਉਹ ਰਾਜਨੀਤੀ ਦੇ ਵਿੱਚ ਵੀ ਸਰਗਰਮ ਰਹੇ, ਚਾਹੇ ਉਹ ਪਿੰਡ ਦੀ ਹੋਵੇ ਚਾਹੇ ਉਹ ਬਾਹਰ ਦੀ ਹੋਵੇ, ਹਰੇਕ ਥਾਵਾਂ ਦੇ ਸਾਡੇ ਰਾਜਨੀਤਿਕ ਆਗੂ ਵੀ ਸਾਡੇ ਹਲਕੇ ਦੇ ਉਹਨਾਂ ਨੂੰ ਪੁੱਛ ਕੇ ਚੱਲਦੇ ਰਹੇ, ਉਹਨਾਂ ਤੋਂ ਹੁੰਦੇ ਰਹੇ। ਅੱਜ ਵੀ ਤੁਸੀਂ ਵੇਖਿਆ ਉਹਨਾਂ ਦੇ ਅੰਤਿਮ ਅਰਦਾਸ ਦੇ ਮੌਕੇ ਤੇ ਹਰੇਕ ਰਾਜਨੀਤਿਕ ਆਗੂ ਇੱਥੇ ਹਾਜ਼ਰੀ ਲਵਾ ਕੇ ਗਿਆ, ਉਹਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਬੋਨੀ ਅਮਰਪਾਲ ਸਿੰਘ ਨਾਲਾ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਹੈ, ਕਾਂਗਰਸ ਪਾਰਟੀ ਤੋਂ ਸਾਡੇ ਮੈਂਬਰ ਆਫ ਪਾਰਲੀਮੈਂਟ ਔਜਲਾ ਸਾਹਿਬ ਦੇ ਮਾਤਾ ਜੀ ਸ੍ਰੀਮਤੀ ਸਰਦਾਰਨੀ ਜਗੀਰ ਕੌਰ ਜੀ ਉਹ ਵੀ ਹਾਜ਼ਰੀ ਲਵਾ ਕੇ ਗਏ ਹੈ। ਸੋ ਡੈਥ ਤੋਂ ਬਾਅਦ ਵੀ ਘਰੋਂ ਵੀ ਕਈ ਸ਼ਹੀਦਾਂ ਹੋ ਕੇ ਗਈਆਂ। ਸੋ ਇਹੋ ਜਿਹੀ ਸਥਿਤੀ ਹੈ ਜਦੋਂ ਜਾਂਦੀ ਹੈ ਸਮਾਜ ਤੋਂ ਤੇ ਨਾ ਪੂਰਾ ਹੋਣਾ ਤੁਹਾਡਾ ਪੈਂਦਾ, ਕਿਉਂਕਿ ਸਗੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਪਿੰਡ ਵਾਸੀਆਂ ਨੂੰ, ਸਮੁੱਚੀ ਸਾਧ ਸੰਗਤ ਜੀ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਦੀ ਲੋੜ ਰਹਿਣੀ ਹੈ, ਉਹਨਾਂ ਦੀ ਘਾਟ ਰੜਕਣੀ ਹੈ। ਸੋ ਉਹਨਾਂ ਦਾ ਜੀਵਨ ਬਹੁਤ ਵਧੀਆ ਸੀਗਾ। ਇਸ ਮੌਕੇ ਤੇ ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਇਸ ਮੌਕੇ ਤੇ ਸਾਨੂੰ ਸੱਚੀ ਸੁੱਚੀ ਸ਼ਰਧਾਂਜਲੀ ਤਹਿਸੀਲਦਾਰ ਸਾਹਿਬ ਨੂੰ ਇਹੋ ਹੀ ਹੈ, ਇਹੋ ਜਿਹੀਆਂ ਸ਼ਖਸੀਅਤਾਂ ਨੂੰ ਇਹੋ ਹੀ ਹੁੰਦੀ ਹੈ, ਜੋ ਉਹਨਾਂ ਦੇ ਚੰਗੇ ਗੁਣ ਹੁੰਦੇ ਹੈ, ਜੋ ਉਹਨਾਂ ਦੀਆਂ ਚੰਗੀਆਂ ਪ੍ਰੇਰਨਾ ਹੁੰਦੀਆਂ ਉਹਨਾਂ ਨੂੰ ਸੇਖ ਕੇ ਆਪਣੇ ਜੀਵਨ ਨੂੰ ਚਲਾਇਆ ਜਾਵੇ। ਉਹਨਾਂ ਦੇ ਬੱਲੇ ਵੱਡੇ ਭਾਗ ਸੀਗੇ, ਜਿੱਥੇ ਇੰਨਾ ਸਮਾਜ ਦੇ ਵਿੱਚ ਵਿਚਰੇ, ਰਾਜਨੀਤਿਕ ਤੌਰ ਤੇ ਵਿਚਰੇ, ਆਪਣੇ ਮਹਿਕਮੇ ਦੇ ਵਿੱਚ ਵਿਚਰੇ, ਲੋੜਵੰਦ ਦੇ ਕੰਮ ਹੁੰਦੇ ਰਹੇ, ਸਭ ਤੋਂ ਵੱਡੀ ਗੱਲ ਹੈ ਆਪਣੇ ਪਰਿਵਾਰ ਨੂੰ ਧਾਰਮਿਕ ਬਿਰਤੀ ਦੇ ਨਾਲ ਜੋੜ ਕੇ ਗਏ ਹੈ। ਅੱਜ ਇੱਥੇ ਗੁਰਬਾਣੀ ਪ੍ਰਵਾਹ ਹੋਇਆ, ਕੀਰਤਨ ਹੋਇਆ, ਬਹੁਤ ਸਾਰੇ ਜਿਹੜੀਆਂ ਸਾਡੇ ਕੋਲ ਸੂਝਵਾਨ ਸ਼ਖਸੀਅਤਾਂ ਨੇ ਆਪਣੇ ਜਿਹੜੇ ਕਥਾ ਕੀਤੀ ਹੈ, ਵਿਆਖਿਆ ਕੀਤੀ ਹੈ, ਉਹ ਸਾਰਿਆਂ ਨੂੰ ਤਹਿਸੀਲਦਾਰ ਸਾਹਿਬ ਲੰਮੇ ਸਮੇਂ ਤੋਂ ਇਹ ਸੰਗਤ ਦੇ ਨਾਲ ਜੁੜੇ ਆਏ, ਉਹਨਾਂ ਆਪਣੇ ਪਰਿਵਾਰ ਨੂੰ ਵੀ ਜੋੜਿਆ। ਅੱਜ ਦੇ ਸਮੇਂ ਦੇ ਦੌਰਾਨ ਸਮਾਜ ਦੇ ਵਿੱਚ ਬਹੁਤ ਸਾਰੀਆਂ ਕਰੀਤੀਆਂ ਜਿਹੜੀਆਂ ਆ ਚੁੱਕੀਆਂ ਨੇ ਉਹ ਤਾਂ ਹੀ ਦੂਰ ਕੀਤੀਆਂ ਜਾ ਸਕਦੀਆਂ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਸੋ ਤਹਿਸੀਲਦਾਰ ਸਾਹਿਬ ਦਾ ਪਰਿਵਾਰ ਵੀ ਸਮੁੱਚਾ ਇੱਥੇ ਬੈਠਾ ਹੈ, ਉਹਨਾਂ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਨਾ ਦੇ ਮੁਤਾਬਕ ਢਾਲਿਆ ਹੈ। ਇਹ ਤਹਿਸੀਲਦਾਰ ਸਾਹਿਬ ਦੀ ਬਹੁਤ ਵੱਡੀ ਇੱਕ ਗੱਲ ਸੀਗੀ, ਪਰਮਾਤਮਾ ਦੀ ਮਿਹਰ ਸੀਗੀ। ਸੋ ਸਾਨੂੰ ਵੀ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਗੁਰੂ ਵਾਲੇ ਬਣ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਜੋੜਨਾ ਚਾਹੀਦਾ, ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ, ਆਪਣੇ ਪਰਿਵਾਰਾਂ ਨੂੰ ਜੋੜਨਾ ਚਾਹੀਦਾ ਹੈ। ਸੋ ਇਸ ਮੌਕੇ ਤੇ ਮੈਂ ਜ਼ਿਆਦਾ ਵਿਸਥਾਰ 'ਚ ਨਾ ਜਾਵਾਂ, ਜਿੱਥੇ ਪੋਲੀਟੀਕਲ ਰਾਜਨੀਤਿਕ ਲੋਕ ਇਸ ਸ਼ਰਧਾਂਜਲੀ ਸਮਾਗਮ ਵਿੱਚ ਹੋ ਕੇ ਗਏ ਹੈ, ਬੋਨੀ ਅਮਰਪਾਲ ਸਿੰਘ ਨਾਲਾ ਆਪਣੀ ਹਾਜ਼ਰੀ ਲਵਾ ਕੇ ਗਏ ਹੈ, ਮੈਡਮ ਸ੍ਰੀਮਤੀ ਸਰਦਾਰਨੀ ਜਗੀਰ ਕੌਰ ਜੀ ਔਜਲਾ ਸਾਹਿਬ ਦੇ ਮਾਤਾ ਜੀ ਹਾਜ਼ਰੀ ਲਵਾ ਕੇ ਗਏ ਹੈ, ਉੱਥੇ ਹੋਰ ਵੀ ਸ਼ਖਸੀਅਤਾਂ ਸਾਡੇ ਕੋਲ ਬੈਠੀਆਂ। ਮੈਂ ਸਾਰਿਆਂ ਕੋਲ ਪਰਿਵਾਰ ਵੱਲੋਂ ਖਿਮਾ ਦੇ ਯਾਚਕ ਹੈ, ਸਮਾਂ ਬਹੁਤ ਹੋ ਚੁੱਕਾ ਹੈ, ਤੁਸੀਂ ਲੰਮੇ ਸਮੇਂ ਤੋਂ ਸਾਰੇ ਇੱਥੇ ਜੁੜ ਕੇ ਬੈਠੇ ਹੋ। ਸੋ ਮੈਂ ਬੇਨਤੀ ਕਰਦਾ ਸਾਡੇ ਵਿੱਚ ਸਾਡੇ ਡਾਕਟਰ ਸਾਹਿਬ ਦੀ ਡਿਪਾਰਟਮੈਂਟ ਤੋਂ ਲੈਬੋਰਟਰੀ ਟੈਕਨੀਸ਼ੀਅਨ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਮਲਕੀਤ ਸਿੰਘ ਜੀ ਉਹ ਬੈਠੇ ਹੈ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਉਹ ਆ ਕੇ ਸਰਦਾਰ ਤਹਿਸੀਲਦਾਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਮਲਕੀਤ ਸਿੰਘ ਜੀ ਅਰਦਾਸ, ਸਰਦਾਰ ਗੁਰਦਿਆਲ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹੋ, ਬੇਨਤੀ ਹੈ ਸਿਰਫ 2 ਮਿੰਟ ਤੋਂ ਵੱਧ ਅਸੀਂ ਨਹੀਂ ਲਾਉਣਾ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਔਰ ਬਹੁਤ ਹੀ ਸੋਹਣਾ ਕਥਾ ਕਰ ਰਹੇ ਸੀ। ਮੈਂ ਅੱਗੇ ਹਰਦੇਵ ਸਿੰਘ ਨਾਲ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਗਿਆਨੀ ਗੁੱਜਰ ਸਿੰਘ ਜੀ ਹਰਿਆਣਾ ਵਾਲੇ ਕਥਾ ਕਰ ਰਹੇ ਨੇ ਜਾਂ ਉਹਨਾਂ ਤੋਂ ਪਹਿਲਾਂ ਕਥਾ ਕਰ ਰਹੇ ਸੀਗੇ, ਜੇ ਇਸ ਤਰ੍ਹਾਂ ਦਾ ਕੋਈ ਸ਼ਖਸੀਅਤ, ਧਾਰਮਿਕ ਸ਼ਖਸੀਅਤ ਘੰਟਿਆਂ ਬਾਅਦ ਵੀ ਕਥਾ ਕਰਦੀ ਰਹੇ
ਤੇ ਕਿਸੇ ਦਾ ਉੱਠਣ ਨੂੰ ਜੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਪੱਲੇ ਕੁਝ ਹੈ। ਉਹ ਬੁਲਾਰੇ ਦੇ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਕਿ ਪੱਲੇ ਕੁਝ ਹੈ ਆ। ਜੇ ਪੱਲੇ ਕੁਝ ਨਹੀਂ ਹੈ ਫਿਰ ਸੰਗਤ ਦਾ ਸੁਰਤੀ ਨਹੀਂ ਜੁੜਦੀ। ਸੋ ਮੈਂ 2 ਮਿੰਟ ਦੇ ਵਿੱਚ ਸਮਾਪਤੀ ਕਰ ਦੇਣੀ ਹੈ। ਸੰਗਤ ਜੀ ਬੇਨਤੀ ਹੈ ਕਿ ਸਰਦਾਰ ਹਰਦੇਵ ਸਿੰਘ ਜੀ ਸਾਡੇ ਨਾਲ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਆ ਤੇ ਇਸੇ ਕਰਕੇ ਹੀ ਸਾਡਾ ਸਾਰਾ ਡਿਪਾਰਟਮੈਂਟ ਲੈਬੋਰਟਰੀ ਟੈਕਨੀਸ਼ੀਅਨ ਸਾਰੇ ਹੀ ਹਰਦੇਵ ਸਿੰਘ ਨਾਲ ਪਿਆਰ ਕਰਦੇ ਆ ਤੇ ਉਹ ਸਾਰੇ ਹਾਜ਼ਰੀ ਲਵਾਉਣ ਆਏ ਆ, ਦੁੱਖ ਵਡਾਉਣ ਆਏ ਆ। ਰਮਦਾਸ ਤੋਂ ਮੇਰਾ ਵੀਰ ਦਲਜਿੰਦਰ ਆਇਆ ਹੈ, ਲਾਲੀ ਆਇਆ ਢਿੱਲੋਂ, ਬਾਬਾ ਬਕਾਲਾ ਤੋਂ ਸਾਡੇ ਵੀਰ ਦਲਬਾਗ ਸਿੰਘ ਜੀ, ਦਲਵੀਰ ਸਿੰਘ ਜੀ, ਹਰਜਿੰਦਰ ਸਿੰਘ ਉਹ ਪਹੁੰਚੇ ਨੇ, ਗੌਰਮੈਂਟ ਡੈਂਟਲ ਕਾਲਜ ਤੋਂ ਉੱਥੋਂ ਦੇ ਪ੍ਰਧਾਨ ਸਰਦਾਰ ਸਤਪਾਲ ਸਿੰਘ ਜੀ ਚੇਤਨਪੁਰਾ ਉਹ ਵੀ ਆਏ ਨੇ, ESI ਹਸਪਤਾਲ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਚੰਢੇਰ ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਹੈ, ਵੇਰਕਾ ਹਸਪਤਾਲ ਤੋਂ ਸਾਡੇ ਵੀਰ ਰਜਿੰਦਰ ਜਗਰੂਪ ਉਹ ਵੀ ਆਏ ਨੇ, ਹੋਰ ਕਾਫੀ ਮੇਰੇ ਵੀਰ ਬੈਠੇ ਨੇ ਜਿਨ੍ਹਾਂ ਦਾ ਮੈਂ ਨਾਂ ਜੇ ਨਾਂ ਨਹੀਂ ਲੈ ਸਕਿਆ ਤੇ ਮੁਆਫੀ ਦੇ ਦੇਣਾ। ਮੈਂ 2 ਮਿੰਟ ਵਾਸਤੇ ਉਹਨਾਂ ਦੇ ਬੇਟੇ ਹਰਦੇਵ ਸਿੰਘ ਦੇ ਬਾਰੇ ਗੱਲ ਜ਼ਰੂਰ ਕਰਾਂਗਾ ਕਿ ਉਹਨਾਂ ਦਾ ਅਸਰ ਮੈਂ ਉਹਨਾਂ ਨੂੰ ਮਿਲਦਾ ਰਹਿੰਦਾ ਸੀ ਹਰਦੇਵ ਸਿੰਘ ਦੇ ਡੈਡੀ ਨੂੰ। ਅਸੀਂ ਤੇ ਉਹਨਾਂ ਬੇਸ਼ੱਕ ਹਰਦੇਵ ਸਿੰਘ ਜੀ 4 ਭਰਾਤਾ ਨੇ, ਉਹਨਾਂ ਦਾ ਪਿਆਰ ਹੈ ਆਪਸ ਵਿੱਚ, ਇਕੱਠੇ ਰਹਿੰਦੇ ਨੇ, ਪਰ ਸਾਡੇ ਨਾਲ ਹਰਦੇਵ ਸਿੰਘ ਦੇ ਨੌਕਰੀ ਕਰਨ ਕਰਕੇ ਸਾਡਾ ਜ਼ਿਆਦਾ ਹਰਦੇਵ ਸਿੰਘ ਦੇ ਨਾਲ ਹੀ ਆਉਣ ਜਾਣ। ਉਹਨਾਂ ਦੇ ਮਿਸਿਜ ਵੀ ਕਿਉਂਕਿ ਇਸ ਲੋਕੋਕੇ ਹੋਸਪਿਟਲ ਵਿੱਚ ਬਤੌਰ ਸਟਾਫ ਜਸਵੀਰ ਜਿਹੜੇ ਉਹ ਨੌਕਰੀ ਕਰਦੇ ਆ, ਕੁਦਰਤੀ ਗੱਲ ਹੈ ਦੋਨੋਂ ਜੀ ਨੌਕਰੀ ਕਰਦੇ ਆ ਤੇ ਫਿਰ ਸਾਰਿਆਂ ਦਾ ਪਿਆਰ ਬਣਿਆ, ਫਿਰ ਇਹ ਸ਼ਖਸੀਅਤ ਬੜੀ ਵਧੀਆ ਹਰਦੇਵ ਸਿੰਘ ਦੀ ਸ਼ਖਸੀਅਤ। ਮੈਂ ਛੋਟੀ ਜਿਹੀ ਗੱਲ ਕਰਾਂ ਕਿ ਮੈਂ 1992 ਤੋਂ ਲੈ ਕੇ ਹੁਣ 2017 ਤੱਕ ਮੈਂ ਲਗਾਤਾਰ ਇਹਨਾਂ ਦਾ ਪ੍ਰਧਾਨ ਚੱਲਿਆ ਆ ਰਿਹਾ। 2000 ਦੇ ਵਿੱਚ ਮੇਰੇ ਥੋੜੇ ਜਿਹੇ ਮੇਰੇ ਵਿਰੋਧੀ ਪਾਰਟੀ ਦੇ ਬੰਦਿਆਂ ਨੇ ਉਹ ਕਹਿਣ ਲੱਗੇ ਨਹੀਂ ਇਹਨੂੰ ਬਦਲੋ। ਮੈਂ ਕਿਹਾ ਵੀ ਲੜਨਾ ਤੇ ਗੌਰਮੈਂਟ ਦੇ ਨਾਲ ਆ, ਕਿਉਂ ਇਸ ਤਰ੍ਹਾਂ ਕਰਦੇ ਹੋ? ਕਹਿੰਦੇ ਨਹੀਂ ਜੀ ਅਸੀਂ ਨਹੀਂ ਇੱਦਾਂ ਕਰਨਾ, ਅਸੀਂ ਪ੍ਰਧਾਨ ਨਹੀਂ ਬਣਾਉਣਾ। ਮੈਂ ਕਿਹਾ ਠੀਕ ਹੈ। ਕਹਿੰਦੇ ਅਸੀਂ ਹਰਦੇਵ ਸਿੰਘ ਨੂੰ ਪ੍ਰਧਾਨ ਬਣਾਉਣਾ ਹੈ। ਅਸੀਂ ਹਰਦੇਵ ਸਿੰਘ ਨੂੰ ਜਾਣਦੇ ਨਹੀਂ ਸੀ ਕਿਉਂਕਿ ਇਹ ਸ਼ਖਸੀਅਤ ਇਸ ਤਰ੍ਹਾਂ ਦੀ ਆਪਣੇ ਘਰ ਦੇ ਕੰਮਾਂ 'ਚ ਮਸਤ ਰਹਿਣ ਵਾਲਾ। ਇਹਦੇ ਕੋਲ ਆਏ ਯਾਦ ਹੈ ਅਜੇ ਤੱਕ ਇਹਨੇ ਪੱਠਿਆਂ ਦੀ ਵੰਡ ਚੁੱਕੀ, ਇਹਨੂੰ ਪੁੱਛਦੇ ਹਰਦੇਵ ਸਿੰਘ ਨੂੰ ਮਿਲਣਾ, ਕਹਿੰਦਾ ਆ ਜਾਓ ਘਰ ਮਿਲਾ ਦਿੰਦੇ ਹਾਂ। ਵੰਡ ਸੁੱਟ ਕੇ ਕਹਿੰਦਾ ਦੱਸੋ ਮੈਂ ਹੀ ਹਰਦੇਵ ਸਿੰਘ ਹਾਂ। ਹੁਣ ਪਛਾਣ ਉਸ ਵੇਲੇ ਹੋਈ। ਕਹਿੰਦੇ ਤੇਦਾ ਗੁਣਾ ਪੈ ਗਿਆ ਕਿ ਤੈਨੂੰ ਪ੍ਰਧਾਨ ਬਣਾਉਣਾ ਹੈ। ਕਹਿੰਦਾ ਮੈਂ ਕੀ ਲੈਣਾ ਪ੍ਰਧਾਨਗੀ ਚੋਂ? ਫਿਰ ਇਹਨੂੰ ਸਮਝਾਇਆ ਕਿ ਦੁਨੀਆਂ ਨੇ ਪਾੜਦੀ ਹੈ, ਜੇ ਤੂੰ ਹਾਂ ਕਰ ਦੇਵੇਂ ਦੁਨੀਆਂ ਨੇ ਇੱਕ ਰਹਿ ਜੇ। ਕਹਿੰਦਾ ਚਲੋ ਜੇ ਠੀਕ ਹੈ, ਜੇ ਇਹ ਗੱਲ ਹੈ ਤੇ ਫਿਰ ਠੀਕ ਹੈ, ਮੈਂ ਭਾਈ ਮੰਨ ਜਾਂਦਾ। ਅਸੀਂ ਸਰਬਸੰਮਤੀ ਨਾਲ ਇਹਨੂੰ ਪ੍ਰਧਾਨ ਬਣਾਇਆ, ਸਾਰੀ ਸਰਬਸੰਮਤੀ ਨਾਲ ਟੀਮ ਚੁਣੀ ਤੇ ਸਿਰਫ ਇਹਨੇ ਮੇਰੇ ਨਾਲ 1.5-2 ਮਹੀਨੇ ਕੰਮ ਕੀਤਾ ਹੋਣਾ, 2-3 ਵਾਰ ਚੰਡੀਗੜ੍ਹ ਗਿਆ। ਇਹਨੇ ਮੈਨੂੰ ਦੇਖਿਆ ਕਿ ਬੰਦਾ ਇੰਨਾ ਮਾੜਾ ਨਹੀਂ ਹੈ ਜਿੰਨਾ ਇਹਦੇ ਵਿਰੋਧੀ ਕਹਿ ਰਿਹਾ। ਇਹ ਮੇਰੇ ਨਾਲ ਐਸਾ ਜੁੜਿਆ, ਕਹਿਣ ਲੱਗਾ ਕਿ ਅੱਜ ਤੋਂ ਬਾਅਦ 2 ਮਹੀਨੇ ਤੋਂ ਬਾਅਦ ਇਹ ਕਹਿੰਦਾ ਵੀ ਪ੍ਰਧਾਨ ਵੀ ਤੁਸੀਂ ਹੋ, ਜਨਰਲ ਸਕੱਤਰ ਵੀ ਤੁਸੀਂ ਹੋ, ਸਾਰਾ ਕੁਝ। ਤੇ ਮੈਂ ਉਹਨਾਂ ਨਾਲ ਹੱਸਿਆ ਜਿਹੜੇ ਮੇਰੇ ਵਿਰੋਧੀ ਸੀ। ਮੈਂ ਕਿਹਾ ਤੁਸੀਂ ਤੇ ਮੈਨੂੰ ਹੋਰ ਪਾਵਰ ਦਿੱਤੀ ਹੈ ਕਿ ਮੈਨੂੰ ਨਾਲ ਜਨਰਲ ਸਕੱਤਰ ਦਾ ਅਹੁਦਾ ਵੀ ਦਿੱਤਾ ਹਰਦੇਵ ਸਿੰਘ, ਐਸੀ ਸ਼ਖਸੀਅਤ। ਮੈਨੂੰ ਕਹਿੰਦਾ ਮੇਰਾ ਕੋਈ ਰਾਜਨੀਤੀ ਦੇ ਵਿੱਚ ਕੋਈ ਇਹੋ ਜਿਹਾ ਦਿਲਚਸਪੀ ਨਹੀਂ ਹੈ। ਉਸ ਤੋਂ ਬਾਅਦ ਇਹਨੇ 2 ਸਾਲ ਬਾਅਦ ਮਾਫ਼ੀ ਮੰਗ ਕੇ ਫਿਰ ਮੈਨੂੰ ਪ੍ਰਧਾਨ ਬਣਾ ਦਿੱਤਾ। ਕਹਿਣ ਦੀ ਗੱਲ ਮੇਰੀ ਇਹ ਸੀ ਕਿ ਪਰਿਵਾਰ ਇਸ ਤਰ੍ਹਾਂ ਦਾ, ਮੈਂ ਬਾਬਾ ਕੋਹਰੀ
ਫਾਰਮਾਸਿਸਟਾਂ ਦਾ ਪ੍ਰਧਾਨ ਜਿਹੜੇ ਨੇ ਉਹਨਾਂ ਵੀ ਆਉਣਾ ਸੀ, ਪਰ ਇਹ ਵਾਂਗ ਕਰਕੇ ਨਹੀਂ ਆ ਸਕੇ। ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਬਾਬਾ ਜੀ ਹਰਦੇਵ ਸਿੰਘ ਦੇ ਡੈਡੀ ਤਹਿਸੀਲਦਾਰ ਰਿਟਾਇਰ ਹੋਏ ਆ, ਤੇ ਮੈਂ ਕਿਹਾ ਹਰਦੇਵ ਸਿੰਘ ਹੁਣੀ ਉੱਥੇ ਬੈਠੇ ਨੇ, ਤੇ ਬਾਬਾ ਜੀ ਕਹਿਣ ਲੱਗੇ ਗੱਲ ਤੁਹਾਡੀ ਠੀਕ ਹੈ, ਇਮਾਨਦਾਰੀ ਦੀ ਮਿਸਾਲ ਆਏ। ਕਹਿੰਦੇ ਸਾਡੇ ਪਟਵਾਰੀਆਂ ਨੇ ਵੀ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਤੇ ਰਣਜੀਤ ਐ ਵੀ ਨਹੀਂ ਉਹ, ਕਿਤੇ ਗ੍ਰੀਨ ਐ ਵੀ ਨਹੀਂ ਉਹ, ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਨੇ। ਤੇ ਜਿਹੜਾ ਬੰਦਾ ਤਹਿਸੀਲਦਾਰ ਰਿਟਾਇਰ ਹੁੰਦਾ ਹੈ ਉਹ ਜੋ ਮਰਜ਼ੀ ਕਰ ਸਕਦਾ ਹੈ, ਇਹ ਇਮਾਨਦਾਰੀ ਸੀ ਉਹਨਾਂ ਦੀ। ਫਿਰ ਉਹ ਜਿਸ ਸੰਸਥਾ ਨਾਲ ਜੁੜੇ ਨੇ ਉਹ ਸੰਸਥਾ ਵੀ ਬਹੁਤ ਵਧੀਆ ਹੈ, ਧਾਰਮਿਕ ਸੰਸਥਾ ਹੈ। ਇਸ ਕਰਕੇ ਮੈਂ ਅੱਜ ਆਪਣੀ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਵੱਲੋਂ ਪੰਨੂ ਸਾਹਿਬ ਨੂੰ ਬੇਨਤੀ ਕਰਾਂਗਾ, ਉਹਨਾਂ ਨੇ ਸਾਰਾ ਕੁਝ ਉਹਨਾਂ ਬਾਰੇ ਦੱਸ ਦਿੱਤਾ, ਉਹਨਾਂ ਬਾਰੇ ਦੱਸਣ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਸਾਰੇ ਜਿੰਨੇ ਜਣੇ ਆਏ ਹੋ ਉਹਨਾਂ ਦੇ ਬਾਰੇ ਅਰਦਾਸ ਕਰਕੇ ਜਾਇਓ। ਵੈਸੇ ਮੈਨੂੰ ਦੱਸ ਰਿਹਾ ਸੀ ਹਰਦੇਵ ਸਿੰਘ, ਕਹਿੰਦਾ ਵੀ ਮੈਨੂੰ 10 ਦਿਨ ਪਹਿਲਾਂ ਕਹਿੰਦੇ ਹਰਦੇਵ ਯਾਰ ਮੈਨੂੰ ਕੁਛ ਬੰਦੇ ਲੈ ਕੇ ਜਾ ਰਹੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਮਿਲ ਕੇ ਕਹਿੰਦੇ ਇਹਨੂੰ ਕਿੱਥੇ ਲੈ ਕੇ ਜਾ ਰਹੇ ਹੋ, ਕਹਿੰਦੇ ਕਹਿੰਦੇ ਇਹਨਾਂ ਨੇ ਪੁਰੀ 'ਚ ਜਾਣਾ ਹੈ, ਇਹਨਾਂ ਨੂੰ ਕਿੱਧਰ ਲੈ ਕੇ ਜਾ ਰਹੇ। ਬਸ ਉਦੋਂ ਬਾਅਦ ਫਿਰ ਮੈਨੂੰ ਕੁਛ ਨਹੀਂ ਸਮਝ ਆਈ, ਬਸ 10 ਦਿਨ ਪਹਿਲਾਂ ਦੀ ਗੱਲ ਹੈ, ਹਰਦੇਵ ਸਿੰਘ ਦੱਸ ਰਿਹਾ ਸੀ। ਸੋ ਐਸਾ ਸ਼ਖਸੀਅਤ ਜਿਹਨੂੰ ਪਹਿਲਾਂ ਹੀ ਇਸ਼ਾਰਾ ਹੋ ਗਿਆ ਸੀ, ਇਹਦਾ ਮਤਲਬ ਹੈ 86-87 ਸਾਲ ਉਹਨਾਂ ਜ਼ਿੰਦਗੀ ਗੁਜ਼ਾਰੀ ਹੈ ਸਮਾਜ ਦੇ ਵਿੱਚ, ਕੋਈ ਵੀ ਸਮਾਜ ਦੇ ਵਿੱਚ ਬਾਂਹ ਕੱਢ ਕੇ ਉਂਗਲ ਕਰਕੇ ਕਹਿ ਨਹੀਂ ਸਕਦਾ ਕਿ ਸਰਦਾਰ ਗੁਰਦਿਆਲ ਸਿੰਘ ਨੇ ਉਹਨਾਂ ਨੂੰ ਕੰਮ ਕਰਨ ਦੇ ਬਦਲੇ, ਉਹਨਾਂ ਦਾ ਕੰਮ ਕਰਨ ਬਦਲੇ ਕੋਈ ਪੈਸਾ ਲਿਆ ਹੋਏ। ਸੋ ਐਸੀਆਂ ਸ਼ਖਸੀਅਤਾਂ ਰੋਜ਼ਾਨਾ ਜਨਮ ਨਹੀਂ ਲੈਂਦੀਆਂ, ਰੋਜ਼ ਰੋਜ਼ ਜਨਮ ਨਹੀਂ ਲੈਂਦੀਆਂ, ਬਹੁਤ ਘੱਟ ਸ਼ਖਸੀਅਤਾਂ ਨੇ ਉਹਨਾਂ ਦੇ। ਹਰਦੇਵ ਸਿੰਘ ਦੇ ਬ੍ਰਦਰ ਇਨ ਲਾ ਸਰਦਾਰ ਗੁਰਬਖਸ਼ ਸਿੰਘ ਜੀ ਜਿਹੜੇ ਪ੍ਰੋਫੈਸਰ ਨੇ ਖਾਲਸਾ ਕਾਲਜ, ਉਹ ਵੀ ਆਏ ਨੇ, ਉਹਨਾਂ ਦੀ ਭੂਆ ਦੇ ਪੁੱਤ ਨੇ ਕੁਲਵੰਤ ਸਿੰਘ ਜਿਹੜੇ DDPO ਦੇ ਨਾਲ ਉਹ PA ਬਤੌਰ ਰਿਟਾਇਰ ਹੋਏ ਸੀ। ਸਰਦਾਰ ਮੱਲੀ ਜੀ ਵੀ ਮੇਰੀ ਕਲੋਨੀ ਦੇ ਵਿੱਚੋਂ ਆਏ ਨੇ, ਉਹ ਵੀ ਭੂਆ ਦੇ ਪੁੱਤ ਨੇ। ਸਾਰੇ ਜਿੰਨੇ ਵੀ ਇੱਥੇ ਆਏ ਨੇ ਮੈਂ ਜਿੰਨਿਆਂ ਦੇ ਮੂੰਹ ਸੁਣਿਆ ਇਹਨਾਂ ਦੀ ਸਿਫਤ ਹੀ ਸੁਣਦਾ ਰਿਹਾ। ਸੋ ਸਾਰੇ ਅਰਦਾਸ ਕਰੀਏ ਕਿ ਮਹਾਰਾਜ ਉਹਨਾਂ ਦੇ ਚਰਨਾਂ ਨੂੰ, ਉਹਨਾਂ ਨੇ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਨਿਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੀ ਘਾਟ ਕਰਕੇ ਬਾਕੀ ਪੁੱਛੀਆਂ ਸ਼ਖਸੀਅਤਾਂ ਸਾਡੇ ਕੋਲ ਬੈਠੀਆਂ, ਉਹਨਾਂ ਤੋਂ ਮਾਫ਼ੀ ਮੰਗਦਾ। ਸਾਡੇ ਪਿਤਾ ਜੀ ਸਰਦਾਰ ਮਾਸਟਰ ਕੁੰਦਨ ਸਿੰਘ ਜੀ ਰੋਖੇ, ਸਰਦਾਰ ਬਲਦੇਵ ਸਿੰਘ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਬੈਠੇ ਹੈ, ਮੌਜੂਦਾ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਜੀ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ, ਸਾਰਿਆਂ ਤੋਂ ਮਾਫ਼ੀ ਮੰਗਦੇ ਹਾਂ। ਅਤੇ ਮੈਂ ਇੱਕ ਮਿੰਟ ਲਈ ਬੇਨਤੀ ਕਰਦਾ ਹਾਂ ਬਾਬਾ ਜੀ ਸਰਦਾਰ ਰਘਵੀਰ ਸਿੰਘ ਜੀ ਬਡਾਲੀ ਵਾਲੇ, ਬਾਬਾ ਬੁੱਢਾ ਸਾਹਿਬ ਜੀ ਅੰਸ਼ ਮੰਚੋਂ ਸਰਦਾਰ ਰਘਵੀਰ ਸਿੰਘ ਜੀ ਬਡਾਲੀ, ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਕ ਮਿੰਟ ਲਈ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪਿਆਰੀ ਸਾਹਿਬ ਸਾਹਿਬ ਜੀਓ, ਜਿੱਦਾਂ ਕਿ ਇਹਨਾਂ ਭਾਈ ਮਲਕੀਤ ਸਿੰਘ ਨੇ ਦੱਸਿਆ ਹੈ, ਅਸੀਂ ਸਾਰਾ ਗਰੁੱਪ ਇਕੱਠੇ ਹੀ ਰਹੇ ਹਾਂ, ਬਾਹਰ ਆਂਟੀ ਵੀ ਰਹੇ ਹਾਂ, ਮੈਂ ਅਮਰੀਤ ਚਾਵਲੇ ਨਾਲ ਵੀ ਰਿਹਾ ਹਾਂ। ਕਿਉਂ ਪਾਪ ਕਹਿ ਇਹਨਾਂ ਗੱਲਾਂ 'ਚ ਵੱਖਰੀ ਗੱਲ ਆ, ਭਾਈ ਸਰਦਾਰ ਗੁਰਦਿਆਲ ਸਿੰਘ ਜੀ ਤਹਿਸੀਲਦਾਰ, ਜੋ ਕਿ ਉਹਨਾਂ ਦੇ ਸਾਰੇ ਲੜਕੇ ਰਿਸ਼ਤੇਦਾਰ ਵੀ ਆ, ਅਤੇ ਉਹਨਾਂ ਨਾਲ ਵੀ ਆਉਣ ਜਾਣ ਚਲੋ ਹੈਗਾ ਸੀ, ਬਹੁਤ ਪਿਆਰ ਸੀ। ਪਾ ਕੇ ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ, ਜਿਹੜਾ ਬੰਦਾ ਸੰਸਾਰ 'ਚ ਆਇਆ ਉਹਨੇ ਜਾਣਾ ਹੀ ਆ। ਪਰ ਕਿ ਜਦੋਂ ਬਾਬੇ ਨਾਨਕ ਨੂੰ ਮਰਦਾਨਾ ਜੀ ਨੇ ਇੱਕ ਸਾਖੀ ਆਉਣੀ ਥੋੜ੍ਹੀ ਜਿਹੀ, ਉਹਨਾਂ ਪੁੱਛਿਆ ਕੋਈ ਅਰਥੀ ਜਾ ਰਹੀ ਸੀ, ਅਰਥੀ ਜਾ ਰਹੀ ਤੇ ਮਰਦਾਨੇ ਪੁੱਛਿਆ ਬਾਬੇ ਨਾਨਕ ਜੀ ਨੂੰ, ਮਹਾਰਾਜ ਜੀ ਇਹ ਕੀ ਗੱਲ ਦੁਨੀਆ ਕਿਉਂ ਹੀ ਨਹੀਂ ਮਗਰ ਜਾ ਰਹੀ ਆ? ਅਤੇ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਾ ਇਹ ਤੈਨੂੰ ਪਤਾ ਨਹੀਂ ਗਾ
ਇੱਕ ਸੁਣਿਆ ਚੰਗਾ ਬੰਦਾ ਗਰੀਬਾਂ ਨਾਲ ਮਦਦ ਕਰ ਭਾਵ ਕੇ ਕਹਿਣ ਦਾ ਮਤਲਬ ਫਿਰ ਸਾਰਾ ਕੁਝ ਇਹ ਚੰਗੇ ਬੰਦੇ ਦੀਆਂ ਨਿਸ਼ਾਨੀਆਂ ਵਾ। ਆੜੀ ਸੰਗਤ ਇਕੱਠੀ ਹੋਈ ਇਹ ਇਹਨਾਂ ਦੇ ਮੰਡਾ ਨੇ ਚਲ ਜਾਂਦਾ ਵਾ, ਉਹਦੇ ਮਗਰ ਕਰਮ ਰਹਿ ਜਾਂਦੇ ਆ, ਕੰਮ ਰਹਿ ਜਾਂਦੇ ਆ ਦੂਜੇ ਦੇ ਜਿਹੜੇ ਆ ਨਾ, ਜਿਹਨਾਂ ਨੇ ਉਹਨਾਂ ਦੇ 2-6 ਮਹੀਨੇ ਮੈਂ ਭੁੱਲ ਜਾਣੇ ਆ, ਇਹਨਾਂ ਦੀ ਸੰਗਤਾਂ ਨਾਲ ਸੰਗਤ ਲੱਗੀ ਰਹੀ ਆ। ਭਾਵ ਕਿ ਇਹ ਸਾਰਾ ਸਾਨੂੰ ਗਵਾਹੀ ਕਰਦਾ ਦੱਸਦਾ ਵਾ ਕਿ ਜਿਹੜੀਆਂ ਸੰਗਤਾਂ ਦਾ ਇਕੱਠ ਆ ਉਹਨਾਂ ਨਾਲ ਇੱਕ ਪਿਆਰ ਹੀ ਲੋਕਾਂ ਨਾਲ, ਅਤੇ ਮਹਾਰਾਜ ਇਹਨਾਂ ਨੂੰ ਆਪਾਂ ਸਾਰੇ ਸੁਨਾਈ ਭੇਟ ਕਰਦੇ ਹਾਂ, ਭਰਾਵਾਂ ਦਾ ਸਾਰਿਆਂ ਦਾ ਤੰਦਰੁਸਤੀ ਇਸੇ ਤਰ੍ਹਾਂ ਮਿਲਾਪ ਰਹੇ ਹਰ ਇੱਕ ਸੰਗਤ ਦੇ ਨਾਲ, ਭਾਵ ਕਿ ਜਿੰਨਾ ਕਿ ਉਹਨਾਂ ਕੀਤਾ ਬੱਚਿਆਂ ਨੂੰ ਵੱਧ ਤੋਂ ਵੱਧ ਉਹਨਾਂ ਮਿਲਾਪ ਕਰਨਾ। ਭਾਈ ਮੇਰੇ ਤੋਂ ਛੋਟੇ ਪ੍ਰੋਫੈਸਰ ਵਾ ਨਰਮ ਸਿੰਘ ਜੀ ਨੇ ਆਉਣਾ ਸੀ, ਅਸੀਂ ਰੰਧਾਵਾ ਬਾਬਾ ਬੁੱਢਾ ਜੀ ਸਮਨ ਪਰਿਵਾਰ ਵੱਲੋਂ ਗੁਰੂ ਕੀ ਵਡਾਲੀ, ਭਾਵ ਕਿ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਇਸ ਤਰ੍ਹਾਂ ਪਿਆਰ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨ ਪਰਿਵਾਰ ਵੱਲੋਂ। ਚਾਚਾ ਜੀ ਸਲਾਹ ਸੁਖਵੰਤ ਸਿੰਘ ਜੀ ਬੈਠੇ ਹੈ, ਰਘਵੰਤ ਸਿੰਘ ਜੀ, ਬਲਜਿੰਦਰ ਸਿੰਘ ਜੀ, ਡਾਕਟਰ ਦੇਵ ਸਿੰਘ ਜੀ, ਸਮੁੱਚੇ ਪਰਿਵਾਰ ਵੱਲੋਂ ਤੁਹਾਨੂੰ, ਸਮੁੱਚੀ ਸਾਧ ਸੰਗਤ ਨੂੰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕਹਿੰਦੇ ਕਿਸੇ ਦਾ ਦੁੱਖ ਵੰਡਾਈਏ ਦੁੱਖ ਘਟਦਾ, ਤੁਸੀਂ ਸਾਰਿਆਂ ਨੇ ਦੁੱਖ ਵੰਡਾਇਆ, ਹੁਣ ਤੁਹਾਨੂੰ ਸਾਰਿਆਂ ਨੂੰ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਗੁਰੂ ਦਾ ਲੰਗਰ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਪੰਜਵਾਂ ਕਰਦੀ ਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰਾਂ ਦੇ ਪੰਡਾਲ ਵਿੱਚ ਜਲਵਾ ਫਿਰੋਜ਼ ਹੋਣ ਤੋਂ ਬਾਅਦ ਜੋ ਗੁਰੂ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ ਨਾ, ਦਾਸ ਕੋਸ਼ਿਸ਼ ਕਰਦੇ ਹਨ ਉਸ ਹੁਕਮ ਨੂੰ ਪੜ੍ਹਨ ਦੀ। ਗੁਰੂ ਮਹਾਰਾਜ ਜੀ ਦੀ ਅਸੀਸ ਰੂਪੀ ਛੜੀ ਸਿਰ 'ਤੇ ਰਹੇ ਔਰ ਆਪ ਇਕਾਗਰਤਾ ਬਖਸ਼ਣ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੋਈ ਜਾਣੈ ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੋਈ ਜਾਣੈ ਕੋਈ ਜਾਣੈ ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਏ ਬਿਦ ਪੂਜੈ, ਜਿਸ ਹੋਏ ਕਿਰਪਾਲ ਸੋਏ ਬਿਦ ਪੂਜੈ, ਜਿਸ ਹੋਏ ਕਿਰਪਾਲ ਸੋਈ ਬਿਦ ਪੂਜੈ, ਸੋਈ ਬਿਦ ਪੂਜੈ।
ਕਵਨ ਨਿਹਾਂ ਜਗਮੀਤ ਪਵਨ ਤੇਜ ਧਨੀ ਪੂਮਨ ਚਤਰਾਂਗਾ ਸੰਗ ਨਚਾਲੇ ਇਨ ਮਹਿ ਕਛੂਐ ਉਠ ਸਿਧਾਇਓ ਨਾਗਾ ਕਵਨ ਨਿਹਾਂ ਜਗਮੀਤ ਕੋਈ ਜਾਣੈ ਕਵਨ ਨਿਹਾਂ ਜਗਮੀਤ